তুষা হম পাপী হাম পাপ খন্ডন নিহি ঠাকুর দেশ মাদ ہم اشے تو ایسا ہم پاپی تم পাপखंडن نیکوٹھا کر دے شا ڈنڈوت وندن انک بار ਸਰਬ ਕਲਾ ਸਮਰਥ ਦੋਹਲਨ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਕ ਤਨ ਵਖੇ ਨਾਮ ਰਹਿਓ ਸਦੂਰ ਹੈ ਉਹ ਰਹੇ ਉਹ ਗੁਰ ਗੋਬਿੰਦ ਕਹੁ ਨਾਨਕ ਇਹ ਜਗਤ ਮੈ ਇਨ ਜਪਿਓ ਗੁਰਮੰਤ ਨਾਮ ਰਹਿਓ ਸਾਧੂ ਰਹੋ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਝ ਜਪਿਓ ਗੁਰਮੰਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਿਕ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਜ਼ੂਰ ਦੇ ਅੰਮ੍ਰਿਤ ਸ਼ਲੋਕਾਂ ਦੀ ਲੜੀਵਾਰ ਵਿਚਾਰ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਰਲ ਮਿਲ ਤੋਂ ਭਾਵ ਜਿਤਨੇ ਕੋ ਮਾਲਕ ਸੋਜੀ ਬਖਸ਼ਦਾ ਹੈ ਉਸ ਅਨੁਸਾਰ ਆਪ ਨਾਲ ਵਿਚਾਰ ਕੀਤੀ ਜਾਂਦੀ ਹੈ ਔਰ ਆਪ ਸੰਗਤ ਪਰਿਵਾਰਾਂ ਸਮੇਤ ਇਸ ਵਕਤ ਨੂੰ ਸਫਲ ਹੋਣ ਦੇ ਲਈ ਇਸ ਗੁਰੂ ਸ਼ਬਦ ਵਿਚਾਰ ਨੂੰ ਸਰਵਣ ਕਰ ਰਹੇ ਹੋ 65ਵਾਂ ਸ਼ਲੋਕ ਵਿਚਾਰ ਅਧੀਨ ਹੈ ਅਜ ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਸਾਧ ਸੰਗਤ ਆਪ ਜਿਤਨੇ ਵੀ ਦੇਸ਼ ਪਰਦੇਸ਼ ਘਰਾਂ ਵਿੱਚ ਬੈਠੇ ਹੋਏ ਇਸ ਅੰਮ੍ਰਿਤ ਸ਼ਲੋਕ ਦੀ ਵਿਚਾਰ ਸਰਵਣ ਕਰੋਗੇ ਆਪ ਜੀ ਸਾਰੇ ਇਕਾਗਰਤਾ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਿਏ ਕਿ हे ਸਤਗੁਰੂ ਆਪ ਹੀ ਸਾਡੀ ਹਿਰਦਿਆ ਨੂੰ ਟਿਕਾ ਬਖਸ਼ੋ ਭਾਵਨਾ ਸ਼ਰਧਾ عقੀਦਤ ਦੀ ਦਾਤ ਬਖਸ਼ ਕੇ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ ਪਿਆਰ ادب ਸਹਿਤ ਉਚਾਰਨ ਕਰੋ ਜੀ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਇਸ ਸੰਸਾਰ ਦੀ ਸਵਾਰਥੀ ਬਿਰਤੀ ਖੁਦ ਗਰਜੀ ਸੰਸਾਰ ਦੀ ਉਸ ਸ਼ਬੰਦੀ ਆਪਾ अनेका वचन ਵਿਚਾਰੇ ਨੇ ਦੂਸਰਾ ਇਸ ਦ੍ਰਿਸ਼ਟਮਾਨ ਦੀ ਨਾਸ਼ਵਾਨਤਾ ਮੌਤ ਦੇ ਮੁਤਲਕ ਵੀ ਅਸੀਂ ਤਕਰੀਬਨ ਹਰ ਦੂਜੇ ਦਿਨ ਔਰ ਪਿਛਲੇ ਕੁਝ ਦਿਨਾ ਤੋਂ ਨਿਰੰਤਰ ਵਿਚਾਰ ਕਰਦੇ ਆ ਰਿਹਾ ਕਿਤੇ ਮਨੁੱਖੀ ਮਨ ਚ ਇਹ ਖਿਆਲ ਨਾ ਆ ਜਾਏ ਕਿ ਵਾਰ-ਵਾਰ ਨਾਸ਼ਵਾਨਤਾ ਦੀ ਮੌਤ ਦੀ ਇਹ ਗੱਲ ਕੀਤੀ ਜਾ ਰਹੀ ਹੈ ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨਾਲ ਨਾਲ ਸਾਨੂੰ ਉਪਦੇਸ਼ ਦਈ ਵੀ ਗਏ ਕਿ ਇੱਕ ਪਾਸਾ ਸੰਸਾਰ ਦਾ ਆ ਹੈ ਤੇ ਦੂਸਰਾ ਪਾਸਾ ਕਰਤਾਰ ਦਾ ਆ ਹੈ ਪਦਾਰਤਕ ਸੋਚ ਇੱਥੇ ਤੱਕ ਲਏ ਜਾਏਗੀ ਤੇ ਪਰਮਾਰਥਕ ਸੋਚ ਜਿਹੜੀ ਇਹ ਤੈਨੂੰ ਪ੍ਰਮਾਤਮਾ ਦੇ ਘਰ ਤੱਕ ਲੈ ਜਾਏਗੀ ਅਸੀਂ ਜਿਵੇਂ ਪਿਛਲੇ ਦਿਨਾਂ ਤੋਂ ਬਾਚ ਰਹੇ ਸਾਂ ਨਿਜ ਕਰ ਦੇਖਿਓ ਜਗਤ ਮੈਂ को काू को नाहे नानक थिर हर भगत है ते राखो मन माहे असी पिछले दिन पढ़िया राम गयो रावण गयो जा को बहु परवार कहो नानक थिर कछ नहीं सुपने जो संसार असी बचन पढ़े जग रचना सब झूठ है जान लिहो रे मीत ਕਹ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ ਅਸੀਂ ਬਚਨ ਪੜੇ ਜੋ ਉਪਜਿਓ ਸੋ ਬਿਨ ਸਿਖੈ ਨਿਰੰਤਰ ਹਜ਼ੂਰ ਨਾਸ਼ਵਾਨਤਾ ਦਾ ਜ਼ਿਕਰ ਕਰਦੇ ਆ ਰਹੇ ਜੋ ਉਪਜਿਓ ਸੋ ਬਿਨ ਸਿਖੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਫਿਰ ਨਾਲ ਕਹਿਓ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਪਰ ਅੱਜ ਸਤਿਗੁਰਾਂ ਨੇ ਉਸ ਨਾਸ਼ਵਾਨਤਾ ਦੇ ਸਾਰੇ ਇਸ ਪਸਾਰੇ ਦੀ ਹਕੀਕਤ ਨੂੰ ਦੱਸ ਕੇ ਅੱਜ ਮਹਾਰਾਜ ਜੀ ਨੇ ਸਾਨੂੰ ਕਿਹਾ ਹਾਂ ਇਸ ਗੱਲ ਨੂੰ ਇਨਸਾਨ ਚੇਤੇ ਰੱਖ ਕੁਝ ਰਹੇਗਾ ਜਿਸ ਦੀ ਸਦੀਵਤਾ ਨੂੰ ਜਿਸ ਦੀ ਅਟਲਤਾ ਨੂੰ ਜਿਸ ਦੀ ਖੌਂਦ ਨੂੰ ਮੌਤ ਵੀ ਨਹੀਂ ਖਤਮ ਕਰ ਸਕੇਗੀ ਮਹਾਰਾਜੋ ਕੀ ਰਹੇਗਾ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਸ਼ਲੋਕ ਬਖਸ਼ਿਸ਼ ਕੀਤਾ ਉਸ ਦੇ ਪਹਿਲਾ ਅਰਥ ਨੇ ਅਖਰੀ ਅਰਥ ਨਾਮ ਰਹਿਓ ਨਾਮ ਰਿਹਾ ਹੈ ਇਹ ਰਹੇਗਾ ਪਹਿਲਾਂ ਵੀ ਸੀ ਅੱਜ ਵੀ ਹੈ ਅੱਗੇ ਵੀ ਨਾਮ ਰਹੇਗਾ ਸਿਰ ਪਹਿਲਾ ਅਖਰੀ ਅਰਥ ਨੇ ਫਿਰ ਇਸ ਦੀ ਵਿਆਖਿਆ ਕਰਾਂਗੇ ਨਾਮ ਰਹੋ ਪਰਮੇਸ਼ਵਰ ਦਾ ਨਾਮ ਵਹਿ ਗੁਰੂ ਜੀ ਦਾ ਨਾਮ ਰਹੇਗਾ ਸਾਧੂ ਰਹੋ ਜਿਸ ਨੇ ਪਰਮਾਤਮਾ ਦੇ ਨਾਮ ਦੀ ਇਬਾਦਤ ਕੀਤੀ ਉਹ ਸਾਧੂ ਜਨ ਵੀ ਰਹੇਗਾ ਉਹ ਗੁਰਮਖ ਰਹੇਗਾ ਉਹ ਗੁਰਸਿੱਖ ਰਹੇਗਾ ਜਿਸ ਨੇ ਵੀ ਪ੍ਰਮਾਤਮਾ ਦੀ ਇਬਾਦਤ ਕੀਤੀ ਉਹ ਨਾਮ ਨਾਲ ਜੁੜੀ ਕੋਈ ਰੂਹ ਵੀ ਸਥਿਰ ਹੈ ਨਾਮ ਰਹਿਓ ਸਾਧੂ ਰਹੋ ਤੀਸਰਾ ਬਚਨ ਕੀਤਾ ਰਹੋ ਗੁਰ ਗੋਬਿੰਦ ਰਹੇਗਾ ਸਮਰੱਥ ਗੁਰੂ ਤੇ ਗੋਬਿੰਦ ਦਾ ਅਰਥ ਹੈ ਧਰਤੀ ਨੂੰ ਸਹਾਰਾ ਦੇਣ ਵਾਲਾ ਪਾਰਬ੍ਰह्म ਪਰਮੇਸ਼ਵਰ ਇਸ ਤੁਕ ਦੇ ਅਰਥ ਹੋ ਗਏ ਨਾਮ ਰਹਾ ਸਾਧੂ ਰਹਾ ਤੇ ਗੁਰੂ ਗੋਬਿੰਦ ਦੇ ਅਰਥ ਜੇ ਗੁਰ ਪਰਮੇਸ਼ਰ ਕਰ ਲਈਏ ਅਪੇਧਤਾ ਵਾਲੇ ਹੋਰ ਸੌਖੇ ਹੋ ਜਾਣਗੇ ਕਿਉਂਕਿ ਨਾਮ ਵਿੱਚ ਸਭ ਉਸ ਵਹਿਗੁਰੂ ਜੀ ਦਾ ਜ਼ਿਕਰ ਆਉਣਾ ਹੈ ਗੋਬਿੰਦ ਦਾ ਨਾਮ ਰਹਾ ਨਾਮ ਨੂੰ ਜਪਣ ਵਾਲਾ ਸਾਧੂ ਰਹਾ ਤੇ ਨਾਮ ਦਾ ਦਾਤਾ ਗੁਰ ਗੋਬਿੰਦ ਰਹਾ ਮੈਂ ਫਿਰ ਲਫ਼ਜ਼ ਦੌਰਾਨ ਲਗਾਵਾਂ ਇਸ ਨੂੰ ਊਂ ਅਰਥ ਕਰ ਲਈਏ ਕਿ ਪਰਮਾਤਮਾ ਦਾ ਨਾਮ ਅਟਲ ਰਹਿ ਨਾਮ ਦਾ ਦਾਤਾ ਗੁਰੂ ਗੋਬਿੰਦ ਸਤ ਗੁਰੂ ਅਟਲ ਹੈ ਤੇ ਗੁਰੂ ਕੋਲੋਂ ਨਾਮ ਦੀ ਦਾਤ ਲੈ ਕੇ ਇਬਾਦਤ ਕਰਨ ਵਾਲਾ ਸਾਧੂ ਉਹ ਵੀ ਸਥਿਰ ਹੈ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਪਰ ਅਗਲਾ ਬਚਨ ਇਹ ਇਕੱਲਾ ਸਿਰਫ ਇੱਕ ਟੋਕ ਟੋਕ ਕੇ ਨਹੀਂ ਇੱਕ ਟੋਕਰਾ ਹੀ ਨਹੀਂ ਕੇਵਲ ਅੱਗੇ ਮਹਾਰਾਜ ਕਿਹਾ ਨੇ ਜਿਸ ਨੇ ਇਸ ਚੀਜ਼ ਦੀ ਸਾਧਨਾ ਕੀਤੀ ਜਿਨੇ ਪ੍ਰੈਕਟੀਕਲ ਕਮਾਇਆ ਮਹਾਰਾਜ ਕਿਹਾ ਨੇ ਕਹੋ ਨਾਨਕ ਇਹ ਜਗਤ ਮੈਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਫਰਮਾ ਰਹੇ ਨੇ ਕਿ ਇਸ ਜਗਤ ਵਿੱਚ ਇਸ ਸੰਸਾਰ ਵਿੱਚ ਕਹੋ ਨਾਨਕ ਇਹ ਜਗਤ ਮੈਂ ਇਸ ਜਗਤ ਵਿੱਚ ਕਿਨ ਜਪਿਓ ਗੁਰਮੰਤ ਕਿਨ ਦਰਤ ਕਿਸੇ ਨੇ ਜਿਸ ਕਿਸੇ ਨੇ ਵੀ ਜਿਸ ਕਿਸੇ ਨੇ ਵੀ ਗੁਰੂ ਦੇ ਬਖਸ਼ੇ ਕੋਈ ਮੰਤਰ ਨੂੰ ਜਪਿਆ ਮਹਾਰਾਜ ਕਹਿੰਦੇ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਸ ਨੇ ਉਸ ਗੁਰਮੰਤਰ ਨੂੰ ਜਪਿਆ ਮੈਂ ਤਾਂ ਸ਼ਬਦ ਵਰਤਿਆ ਹੈ ਕਿ ਨਾਮ ਦਾ ਦਾਤਾ ਸਤਿਗੁਰੂ ਤੇ ਗੁਰਮੰਤ ਜੋਕ ਹੈ ਗੁਰੂਮੰਤਰ ਜੋਕ ਹੈ ਨਾਮ ਦੀ ਦਾਤ ਇਹ ਸਮਰੱਤ ਸਤਿਗੁਰੂ ਹੀ ਬਖਸ਼ਦਾ ਹੈ ਮਹਾਰਾਜ ਨੇ ਕਹਿਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਸ ਨੇ ਪਾਰ ਬ੍ਰह्म ਪਰਮੇਸ਼ਵਰ ਦੇ ਉਸ ਨਾਮ ਨੂੰ ਸਤਿਗੁਰੂ ਦੇ ਬਖਸ਼ੇ ਹੋਏ ਦਿੱਤੇ ਹੋਏ ਗੁਰਮੰਤਰ ਦਾ ਜਾਪ ਕੀਤਾ ਉਹਨੂੰ ਜਪਿਆ ਉਹਨੂੰ ਜੀਵਨ ਚ ਕਮਾਇਆ ਉਹਦੀ ਸਦੀਵਤਾ ਹੈ ਜਦੋਂ ਇਹਦੇ ਅਰਥ ਅੱਜ ਅਸੀਂ ਬਾਚਾਂਗੇ ਪਹਿਲਾ ਹੈ ਨਾਮ ਰਹਿਓ ਨਾਮ ਦੇ ਅਰਥ ਬਹੁਤ ਵਾਰੀ ਅਸੀਂ ਕੀਤੇ ਵੀ ਆ ਪਰ ਆਪ ਸਭ ਨੂੰ ਪਤਾ ਹੈ ਕਿ ਜਿਹੜੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਕਰਨ ਵਾਲੇ ਸੱਜਣ ਨੇ ਮੈਂ ਰੋਜ਼ ਇਹ ਸ਼ਬਦ ਕਿਉਂ ਵਰਤ ਰਿਹਾ ਹਾਂ ਕਿ ਪਾਠ ਕਰਨ ਵਾਲੇ ਜਿਹੜੇ ਸੱਜਣ ਨੇ ਉਹਨਾਂ ਨੂੰ ਇਹ ਬਿਲਕੁਲ জ্ঞাত ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਬਾਣੀਕਾਰ ਭਾਵੇਂ ਭਗਤ ਸਹਿਬਾਨ ਨੇ ਭਾਵੇਂ ਭਗਤ ਸੇ ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਭੱਟ ਸਹਿਬਾਨ ਨੇ ਭਾਵੇਂ ਗੁਰਸਿੱਖਾਂ ਦੀ ਅੰਮ੍ਰਿਤ ਬਾਣੀ ਹੈ ਕੋਈ ਵੀ ਬਾਣੀਕਾਰ ਐਸਾਨੀ ਜਿਹੜਾ ਪਰਮ ਭ੍ਰਮ ਪਰਮੇਸ਼ਵਰ ਦੇ ਨਾਮ ਦੀ ਗੱਲ ਨਹੀਂ ਕਰਦਾ ਪਰ ਫਿਰ ਵੀ ਇੱਕ ਸਵਾਲ ਹੈ ਨਾਮ ਕੀ ਹੈ ਇੱਥੇ ਮਹਾਰਾਜ ਨੇ ਕਿਹਾ ਨਾਮ ਰਹਿਓ ਤੇ ਆਪ ਸਾਰੇ ਜਿਹੜੇ ਉਹ ਬਾਣੀ ਚ ਪੜਦੇ ਹੋ ਸਤਿਗੁਰੂ ਵਾਰ-ਵਾਰੇ ਸ਼ਬਦ ਕਹਿੰਦੇ ਆ ਜਪੋ ਤਾਂ ਏਕੋ ਨਾਮਾ ਨਾਮ ਜਪੋ ਮੇਰੇ ਸਾਜਨ ਸੈਨਾ ਜਿੰਨੀ ਨਾਮ ਧਿਆਇਆ ਇਹ ਸਾਰੇ ਅਸੀਂ ਬਚਨ ਪੜਨੇ ਆ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਸਤਿਗੁਰੂ ਵਾਰ ਵਾਰ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਐਸਾ ਨਹੀਂ ਜਿਦੇ ਵਿੱਚ ਨਾਮ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਨਾਮ ਕੀ ਹੈ ਪਰ ਇਹ ਵੀ ਬੇਨਤੀ ਜੋ ਆਪਾਂ ਵਿਚਾਰਾਂਗੇ ਦਾ ਮਤਲਬ ਇਹ ਨਹੀਂ ਸੀ ਨਾਮ ਦਾ ਥਾਪ ਆ ਲਿਆ ਹੈ ਅਸਲ 'ਚ ਜਿਹੜਾ ਨਾਮ ਜੇ ਅਸੀਂ ਦੇਖੀਏ ਨਾਮ ਭਾਈ ਜੋਧ ਸਿੰਘ ਡਾਕਟਰ ਪਾਈ ਜੋਤ ਸਿੰਘ ਉਹਨਾਂ ਦੀ ਇੱਕ ਪੁਸਤਕ ਹੈ ਗੁਰਮਤ ਨਿਰਣੇ ਉਸ ਵਿੱਚ ਇੱਕ ਸਬਜੈਕਟ ਹੈ ਨਾਮ ਕਿਉਂਕਿ ਜਿਸ ਦੀ ਖੋਜ ਹੋਵੇ ਜਿਸ ਦੀ ਲਿਖਤ ਹੋਵੇ ਉਹਦਾ ਜ਼ਿਕਰ ਕਰਨਾ ਲਾਜ਼ਮੀ ਹੁੰਦਾ ਹੈ ਉਹਨਾਂ ਨੇ ਉਸ ਕਿਤਾਬ ਵਿੱਚ ਨਾਮ ਵਾਲਾ ਜਿਹੜਾ ਉਹਨਾਂ ਨੇ ਲੇਖ ਲਿਖਿਆ ਉਸ ਵਿੱਚ ਉਹ ਲਿਖਦੇ ਆ ਕਿਸੇ ਮਨੁੱਖ ਦਾ ਕਿਸੇ ਥਾਂ ਦਾ ਕਿਸੇ ਵਸਤੂ ਦਾ ਜਾਂ ਕਿਸੇ ਮਨੁੱਖ ਨੂੰ ਕਿਸੇ ਵਸਤੂ ਨੂੰ ਕਿਸੇ ਥਾਂ ਨੂੰ ਜਿਸ ਸੰਗਿਆ ਦੇ ਨਾਲ ਜਾਣਿਆ ਜਾਂਦਾ ਹੈ ਉਸ ਨੂੰ ਆਪਾਂ ਨਾਮ ਕਹਿੰਦੇ ਹਾਂ ਕਿਸੇ ਵਸਤੂ ਮਨੁੱਖ ਤੇ ਥਾਂ ਜਿਸ ਸੰਗਿਆ ਨਾਲ ਉਹਨੂੰ ਜਾਣਿਆ ਜਾਂਦਾ ਹੈ ਉਹਨੂੰ ਆਪਾਂ ਨਾਮ ਕਹਿੰਦੇ ਹਾਂ ਜਦੋਂ ਅਸੀਂ ਇਹ ਸ਼ਬਦਾਂ ਨੂੰ ਪੜ੍ਹਨੇ ਹਾਂ ਤੇ ਫਿਰ ਨਾਮ ਦੀ ਗੱਲ ਜਦੋਂ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੇ ਸੰਬੰਧ ਵਿੱਚ ਜਿੰਨੇ ਕੋ ਦਾਤੇ ਸੋਜੀ ਬਖਸ਼ੀ ਮੈਂ ਤਾਂ ਬੇਨਤੀ ਕਰ ਰਿਹਾ ਨਹੀਂ ਕਿ ਮੈਂ ਰਿਪੀਟ ਕਰ ਰਿਹਾ ਦਾਵਾ ਕਿਉਂਕਿ ਇਸ ਰੋਹਾਨੀਅਤ ਦੇ ਮਸਲੇ 'ਚ ਕੋਈ ਵੀ ਦਾਵਾ ਨਹੀਂ ਕਰ ਸਕਦਾ ਤੇ ਜਿਹੜਾ ਦਾਵਾ ਕਰਦਾ ਖਿਮਾ ਕਰਿਓ ਫਿਰ ਹੰਗਤਾ ਹੀ ਹੈ ਸਤਿਗੁਰੂ ਕਹਿੰਦੇ ਅਸਲ 'ਚ ਨਾਮ ਅਸੀਂ ਪਰਮੇਸ਼ਵਰ ਦਾ ਨਾਮ ਕਹਿੰਨੇ ਆ ਨਾਮ ਹੈ ਕੀ ਦੁਨਿਆਵੀ ਤੌਰ ਤੇ ਤਿੰਨ ਸ਼ਬਦ ਵਰਤੇ ਵਸਤੂ ਇਨਸਾਨ ਜਾਂ ਕਿਸੇ ਜਗ੍ਹਾ ਨੂੰ ਜੇ ਸੰਗਿਆ ਜਿਹੜੀ ਸੰਗਿਆ ਦੇਨਿਆਂ ਨੂੰ ਆਪਾਂ ਨਾਮ ਕਹਿੰਨੇ ਆ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਅਸੀਂ ਬਾਣੀ ਦਾ ਪਾਠ ਕਰਨੇ ਆ ਤੇ ਸਤਿਗੁਰੂ ਇਸ ਵਿੱਚ ਨਾਮ ਦੀ ਵਿਆਖਿਆ ਖੁਦ ਕਰਦੇ ਆ ਨਾਮ ਹੁਕਮ ਤੇ ਸ਼ਬਦ ਇਹ ਤਿੰਨੇ ਇਹੋ ਸਮਝੋ ਵੀ ਇੱਕੋ ਹੀ ਨੇ ਮੈਂ ਫਿਰ ਬੇਨਤੀ ਕਰਾਂ ਨਾਮ ਸ਼ਬਦ ਤੇ ਹੁਕਮ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਸਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਹ ਪਵਿੱਤਰ ਅੰਮ੍ਰਿਤ ਵਚਨ ਆਸਾ ਆਸਾ ਕੀ ਵਾਰ ਦੀ ਪਹਿਲੀ ਪੌੜੀ ਉਸ ਦੀ ਪਹਿਲੀ ਤੋਖਸਾ ਨੂੰ ਦੱਸਦੀ ਹੈ ਕਿ ਨਾਮ ਕੀ ਹੈ ਨਾਮ ਕਿਸ ਨੂੰ ਕਹਿੰਦੇ ਆ ਨਾਮ ਨਾਮੀ ਤੋਂ ਵੱਖ ਨਹੀਂ ਇਹ ਨਾਮ ਜਿਹੜਾ ਸ਼ਬਦ ਪ੍ਰਮਾਤਮਾ ਲਈਏ ਇਹ ਨਾਮੀ ਤੋਂ ਵੱਖ ਨਹੀਂ ਨਾਮ ਤੇ ਨਾਮੀ ਇੱਕੋ ਨੇ ਹੁਕਮ ਤੇ ਖੁਕਮੀ ਇੱਕੋ ਨੇ ਉਥੇ ਸਤਿਗੁਰੂ ਨੇ ਪਹਿਲੀ ਪੌੜੀ ਵਿੱਚ ਫਰਮਾਇਆ ਆਪੀ ਨੇ ਆਪ ਸਾਜਿਓ ਅਗਲਾ ਸ਼ਬਦ ਹੈ ਇਸੇ ਤੱਕ ਦਾ ਆਪੀ ਨੇ ਰਚਿਓ ਨਾਉ ਇਹ ਇਰਲੀ ਸੌਖਾ ਹੋ ਜਾਏਗਾ ਸਾਲੀ ਇਹ ਪੜਨਾ ਵੀ ਨਾਮ ਰਹੋ ਆਪੀ ਨੇ ਆਪ ਸਾਜਿਓ ਇਸ ਦੇ ਸਾਜਿਓ ਦਾ ਅਰਥ ਸਫੋਰ ਹੋਣਾ ਜਿਹੜਾ ਅਫੋਰ ਸੀ ਜਿਹੜਾ ਆਪਣੇ ਆਪੇ ਹੀ ਸੀ ਪਹਿਲਾਂ ਜਦੋਂ ਉਹਨੇ ਆਪਣੇ ਆਪ ਨੂੰ ਸਾਜਿਆ ਇਹਦਾ ਮਤਲਬ ਕਿ ਉਸ ਤੋਂ ਪਹਿਲਾਂ ਨਹੀਂ ਸੀ ਸਾਜਿਆ ਦਾ ਅਰਥ ਇਹ ਨਹੀਂ ਕਰਨਾ ਕਿ ਸਾਜਣ ਤੋਂ ਜਦੋਂ ਸਾਜਿਆ ਨਹੀਂ ਗਿਆ ਉਹਦੀ ਪਹਿਲਾਂ ਹੋਉਂਦੀ ਨਹੀਂ ਅਸਲ ਵਿੱਚ ਉਹ ਅਫੁਰ ਕਹੇ ਤਾਂ ਦਾਸ ਨੇ ਪੌੜੀ ਲਈ ਕਿਉਂਕਿ ਦਾ ਪਾਠ ਤਾਂ ਰੋਜ਼ ਅਸੀਂ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਜਦੋਂ ਹੁੰਦਾ ਹੈ ਦਰਬਾਰ ਸਾਹਿਬ ਜਾਂ ਗੁਰਦੁਆਰਾ ਸਹਿਬਾਨਾ ਚ ਇਹ ਸੋਨੇ ਕਈ ਸੱਜਣ ਇਸ ਪਵਿੱਤਰ ਬਾਣੀ ਦਾ ਰੋਜ਼ ਨਿਤਨੇਮ ਕਰਦੇ ਆ ਆਪ ਹੀ ਨਾ ਆਪ ਸਾਜਿਓ ਦਾ ਅਰਥ ਕਿ ਇਹ ਨਹੀਂ ਕਿ ਉਹ ਪਹਿਲਾਂ ਨਹੀਂ ਸੀ ਉਹ ਅਫੁਰਸੀ ਉਹਦੀ ਖੌਂਦ ਸੀ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੁੰਨ ਸਮਾਦ ਲਗਾਏ ਦਾ ਉਹ ਆਪਣੇ ਆਪੇ ਵੇ ਸੀ ਹੁਣ ਜਦੋਂ ਉਹਨੇ ਆਪਣੇ ਆਪ ਨੂੰ ਸਫੁਰ ਕੀਤਾ ਮੈਂ ਪਿਛਲੇ ਦਿਨ ਵੀ ਹੁਕਮ ਦੀ ਗੱਲ ਕਰਦਿਆਂ ਕਿਹਾ ਉਸ ਅਫੁਰਤਾ ਤੋਂ ਜਦੋਂ ਆਪਣੇ ਆਪ ਨੂੰ ਸਫੁਰ ਕੀਤਾ ਤੇ ਮਹਾਰਾਜ ਕਿਦ ਨੇ ਉਹ ਸਫੁਰ ਕਰਨ ਵਾਲੀ ਜਿਹੜੀ ਅੰਦਰ ਖਿਆਲ ਸੀ ਫੁਰਨਾ ਸੀ ਉਹਦਾ ਆਪਣਾ ਆਪਾ ਉਹਨੂੰ ਆਪਾਂ ਹੁਕਮ ਕਹਿੰਨੇ ਆ ਉਹਨੇ ਆਪਣੇ ਆਪ ਨੂੰ ਜਦੋਂ ਆ ਸਰਗੁਣ ਕੀਤਾ ਇਉਂ ਕਹ ਲੋ ਨਿਰਾਕਾਰ ਤੋਂ ਸਾਕਾਰ ਕੀਤਾ ਉਸ ਵਕਤ ਪ੍ਰਮਾਤਮਾ ਨੇ ਸਾਕਾਰਤਾ ਜਿਹੜੀ ਹੈ ਆ ਫੁਰਤ ਤੋਂ ਸਪੁਰਤਾ ਜਿਹੜੀ ਪੈਦਾ ਕਰਨ ਵਾਲੀ ਸ਼ਕਤੀ ਹੈ ਮੈਂ ਲਫ਼ਜ਼ ਵਰਤ ਲਗਾ ਉਹ ਸ਼ਕਤੀ ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਜਿਹੜੀ ਰਚੀ ਉਸ ਸ਼ਕਤੀ ਦਾ ਨਾਂ ਗੁਰਦੇਵ ਨੇ ਬਾਣੀ ਵਿੱਚ ਨਾਮ ਕਿਹਾ ਹੈ ਫਿਰ ਬੇਨਤੀ ਨਾਮ ਰੱਖੋ ਆਪਸੀ ਦਾ ਕੈਸੇ ਕਿਦਣਾ ਸਤਨਾ ਵੈਗੁਰੂ ਜੀ ਵੀ ਇਹ ਗੁੰਜਲਾਂ ਪਾਣ ਲੱਗ ਪਿਆ ਨਹੀਂ ਸਾਨੂੰ ਇਸ ਚੀਜ਼ ਨੂੰ ਨਾਮ ਰਹਿਓ ਉਹ ਜਿਹੜਾ ਪ੍ਰਮਾਤਮਾ ਵੈਗੁਰੂ ਜੀ ਨੇ ਆਪਣੇ ਆਪ ਨੂੰ ਸਾਕਾਰ ਕੀਤਾ ਜਿਹੜਾ ਕੁਝ ਅਸੀਂ ਦੇਖਨੇ ਪਏ ਇਹ ਸਭ ਕੁਝ ਜੋ ਕੁਝ ਹੈ ਨਾਮ ਕਰਕੇ ਬਣਿਆ ਇਸ ਨੂੰ ਗੁਰੂ ਨੇ ਸ਼ਬਦ ਵੀ ਕਿਹਾ ਇਹਨੂੰ ਹੁਕਮ ਵੀ ਕਿਹਾ ਇਹਨੂੰ ਬਾਬਾ ਜੀ ਨੇ ਕਬਾਉ ਵੀ ਕਿਹਾ ਅਸੀਂ ਜਦੋਂ ਪਾਠ ਕਰਨਿਆ ਕੀਤਾ ਪਸਾਉ ਏਕੋ ਕਬਾਉ ਤਿਸਤੇ ਹੋਏ ਲੱਖ ਦਰੀਆਉ ਦੂਜੇ ਪਾਸੇ ਅਸੀਂ ਇੱਕ ਪਾਠ ਕਰਨਿਆ ਮਹਾਰਾਜ ਦਾ ਉਤਪਤ ਪਰਲੋ ਸ਼ਬਦੇ ਹੋਵੇ ਉਤਪਤੀ ਸ਼ਬਦ ਤੋਂ ਹੋਈ ਤੇ ਜੋ ਕੁਝ ਉਹਨੇ ਸ਼ਬਦ ਤੋਂ ਸਿਰਜਿਆ ਹੈ ਇਹਦੀ ਲੈਤਾ ਜਿਹੜੀ ਹੈ ਇਹਨੇ ਲੀਨ ਵੀ ਇੱਕ ਦਿਨ ਸ਼ਬਦ ਕਰਕੇ ਹੋਣਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਹਨੂੰ ਤੀਜਾ ਬਚਨ ਮਹਾਰਾਜ ਜੀ ਨੇ ਬਾਣੀ ਦਿੱਤਾ ਕਿ ਹੁਕਮੀ ਹੋਵਣ ਆਕਾਰ ਆਪਾਂ ਸੁਖਮਨੀ ਸਾਹਿਬ ਚ ਇੱਕ ਬਚਨ ਪੜਨੇ ਆ ਕਿ ਮਹਾਰਾਜ ਜੀ ਕਹਿੰਦੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਉਸ ਵੀ ਜਿਹੜੀ ਉਹ ਸਾਰੀ ਇਹ ਖੇਡ ਉਸ ਨਾਮ ਦੀ ਹੈ ਇੱਥੇ ਨਾਮ ਨਰਜਿੰਦ ਨਹੀਂ ਇੱਥੇ ਨਾਮ ਕੇਵਲ ਅੱਖਰ ਨਹੀਂ ਇੱਥੇ ਨਾਮ ਮੈਂ ਬੇਨਤੀ ਕੀਤੀ ਆਪੀ ਨੇ ਆਪ ਜਿਨੇ ਸਾਜਿਆ ਉਸ ਸਾਜਨ ਵਿੱਚੋਂ ਜਿਹੜੀ ਦੁਈ ਕੁਦਰਤ ਬਣੀ ਇਸ ਪਾਠ ਨੂੰ ਫਿਰ ਮੈਂ ਕਰਾਂਗਾ ਆਪੀ ਨੇ ਆਪ ਸਾਜਿਓ ਆਪਣੇ ਆਪ ਨੂੰ ਉਹਨੇ ਸਫੁਰ ਕੀਤਾ ਸਾਕਾਰ ਕੀਤਾ ਆਪਣੇ ਵਿੱਚੋਂ ਉਹਨੇ ਨਾਉ ਪੈਦਾ ਕੀਤਾ ਆਪੀ ਨੇ ਰਚਿਓ ਨਾਉ ਨਾਉ ਉਹਨੇ ਰਚਿਆ ਪਰ ਯਾਦ ਰੱਖਿਓ ਆਪੀ ਨੇ ਵਿੱਚ ਨਾਮ ਹੈ ਤੇ ਅਗਲੀ ਜਿਹੜਾ ਤੁਕ ਦਾ ਹਿੱਸਾ ਉਹ ਹੈ ਦੁਈ ਕੁਦਰਤ ਦੁਈ ਕੁਦਰਤ ਦਰਸ ਆ ਸੰਸਾਰ ਇਹਦਾ ਮਤਲਬ ਤਿੰਨ ਬਚਨ ਹੋ ਗਿਆ ਜੀ ਉਸ ਪਹਿਲੀ ਤੁਕ ਵਿੱਚ ਇੱਕ ਆਪੀ ਨੇ ਆਪਾ ਦੂਜਾ ਉਸ ਦੀ ਉਹ ਪਰਮ ਸ਼ਕਤੀ ਨਾਮ ਜਿਹੜੀ ਵਿਸਤਾਰ ਕਰਨ ਲੱਗੀ ਹੈ ਤੇ ਦੁਈ ਕੁਦਰ ਦਾ ਅਰਥ ਤੇ ਸੰਸਾਰ ਕਹਿ ਲੋ ਦ੍ਰਿਸ਼ਟਮਾਨ ਕਹਿ ਲੋ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਦੁਈ ਕੁਦਰਤ ਨੂੰ ਸੰਸਾਰ ਨੂੰ ਜਿਹੜੀ ਜੋੜਨ ਵਾਲੀ ਸ਼ਕਤੀ ਹੈ ਕਰਤਾਰ ਦੇ ਨਾਲ ਅਪੇਧ ਰੱਖਣ ਵਾਲੀ ਤਾਕਤ ਜਿਹੜੀ ਉਹ ਸ਼ਕਤੀ ਨੂੰ ਗੁਰਦੇਵ ਨੇ ਬਾਣੀ ਚ ਨਾਮ ਕਿਹਾ ਹੈ ਮਹਾਰਾਜ ਕਹਿੰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਅੱਗੇ ਬਚਨ ਦੁਈ ਦੁਈ ਕੁਦਰਤ ਸਾਜੀ ਹੈ ਨਾਮ ਦੇ ਵਿੱਚੂ ਇਹ ਸਾਰਾ ਪਸਾਰਾ ਹੋਇਆ ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਪਿਆਰੋ ਵੇਖੋ ਕਰ ਆਸਨ ਡਿਠੋ ਚਾਓ ਜਿਹੜੀ ਦੁਈ ਕੁਦਰਤ ਸਾਜੀ ਹੈ ਉਹ ਨਾਮ ਉਸ ਕੁਦਰਤ ਤੋਂ ਵੱਖ ਨਹੀਂ ਨਾਮ ਇਹ ਸਾਰੀਆਂ ਥਾਵਾਂ ਤੇ ਵਰਦਾ ਪਿਆ ਸਾਡੇ ਇੱਕ ਬਹੁਤ ਗੁਰਮਖ ਪਿਆਰੇ ਨਾਮ ਅਭਿਆਸੀ ਕਹਿੰਦੇ ਨੇ ਕਿ ਅਸਲ ਚ ਨਾਮ ਉਹ ਸ਼ਕਤੀ ਹੈ ਕਿ ਜਿਹੜੀ ਸਾਰੇ ਸੰਸਾਰ ਦੇ ਵਿੱਚ ਰੱਬ ਦੀ ਸਤਾ ਦੇ ਰੂਪ ਚ ਵਰਦੀ ਪਈ ਹੈ ਕੋਈ ਚੀਜ਼ ਐਸੀ ਜਿੱਥੇ ਨਾਮ ਨਹੀਂ ਇਸ ਨੂੰ ਥੋੜਾ ਜਿਹਾ ਸੀ ਸਟੈਪ ਬਾਈ ਸਟੈਪ ਪੜਾਂਦਰ ਪੜਾਂ ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਲੱਗੇਗਾ ਤਾਂ ਸਹੀ ਮੁਸ਼ਕਲ ਜਿਹਾ ਪਰ ਨਹੀਂ ਗੁਰਬਾਣੀ ਸਾਨੂੰ ਬਖਸ਼ਿਸ਼ ਕਰੇਗੀ ਦਸ ਦੀ ਬਾਣੀ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚੋ ਕਿਹੜੀ ਥਾਂ ਜਿੱਥੇ ਨਾਮ ਨਹੀਂ ਅਸੀਂ ਹੁਣੇ ਪਾਠ ਕੀਤਾ ਕਿ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਅਸੀਂ ਰੋਜ਼ ਪਾਠ ਕਰਨੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਮ ਹੈ 나ਹੀ ਕੋ ਥਾਂ ਕੋਈ ਥਾਂ ਐਸੀ ਨਹੀਂ ਜਿੱਥੇ ਨਾਮ ਨਹੀਂ ਵਰਦਾ ਪਿਆ ਨਾਮ ਦੀ ਸ਼ਕਤੀ ਖਰ ਥਾਂ ਤੇ ਵਰਦੀ ਪਈ ਹੈ ਪਰ ਜਦੋਂ ਅਸੀਂ ਬਾਣੀ ਚ ਪੜਨੇ ਫਿਰ ਗੁਰੂ ਜੀ ਕਹਿੰਦੇ ਉਸ ਨਾਮ ਨੂੰ ਕੋਈ ਮੁਕੰਮਲ ਬੋਲ ਵੀ ਨਹੀਂ ਸਕਿਆ ਹਾਲਾਂ ਪ੍ਰਮਾਤਮਾ ਦੇ ਅਨੇਕਾਂ ਨਾਮ ਰੱਖਿਆ ਤੇ ਜਿੰਨੇ ਵੀ ਨਾਮ ਰੱਖਿਆ ਇਹ ਤਕਰੀਬਨ ਸਾਰੇ ਦੇ ਸਾਰੇ ਕਾਫੀ ਜ਼ਿਆਦਾ ਇਹ ਸਾਰੇ ਨਾਮ ਜਿਹੜੇ ਨੇ ਇਹ ਪਸਾਰੇ ਵਿੱਚੋਂ ਮਨੁੱਖ ਨੇ ਕਿਰਤਵੇ ਕੇ ਨਾਮ ਰੱਖਿਆ ਇਹਨਾਂ ਨੂੰ ਗੁਰਬਾਣੀ ਨੇ ਕੀਰਤਨ ਨਾਮ ਕਹਾਖ ਜਿਵੇਂ ਅਸੀਂ ਪਾਠ ਕਰਦੇ ਹਾਂ ਕੀਰਤਮ ਨਾਮ ਕਥੇ ਤੇਰੇ ਜੇਵਾ ਸਤ ਨਾਮ ਤੇਰਾ ਪਰਾਪੁਰਬਲਾ ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਿਰਤਮ ਨਾਮ ਦਾ ਅਰਥ ਹੁੰਦਾ ਹੈ ਕਿ ਕਿਸੇ ਦੀ ਕਿਰਤ ਨੂੰ ਵੇਖ ਕੇ ਉਹਦਾ ਨਾਮ ਰੱਖ ਦੇਣਾ ਉਹ ਕਿਰਤ ਦੇਖ ਕੇ ਉਹਦਾ ਨਾਮ ਰੱਖ ਦਿੱਤਾ ਜਿਵੇਂ ਮੁਰਦੈਂਤ ਨੂੰ ਮਾਰਿਆ ਨਾਮ ਰੱਖ ਦਿੱਤਾ ਮੁਰਾਰੀ ਇਸ ਕਰਕੇ ਉਹ ਕਿਰਤ ਸੀ ਉਹਦੀ ਅਸੀਂ ਇੱਕ ਸ਼ਬਦ ਵਰਤਨੇ ਆ ਪਰਮਾਤਮਾ ਜੀ ਲਈ ਪਤਿਤ ਪਾਵਨ ਇਹ ਕਰਮ ਇਹ ਉਹਦਾ ਉਹਨੇ ਪਾਪੀ ਨੂੰ ਪਵਿੱਤਰ ਕਰ ਦਿੱਤਾ ਤੇ ਨਾਮ ਰੱਖ ਦਿੱਤਾ ਗਿਆ ਪਤਿਤ ਪਾਵਨ ਅਸੀ ਹਜ਼ੂਰ ਦੀ ਬਾਣੀ 'ਚੇ ਸ਼ਬਦ ਪੜ੍ਹਨੇ ਆ ਦੀਨ ਦਇਆਲ ਗਰੀਬਾਂ ਉੱਤੇ ਦਇਆ ਕਰਨ ਵਾਲਾ ਉਹਦੇ ਕਾਰਨਾਮਿਆਂ ਨੂੰ ਵੇਖ ਕੇ ਜਿਹੜੇ ਨਾਮ ਰੱਖ ਦਿੱਤੇ ਉਹ ਕਿਰਤਮ ਨਾਮ ਨੇ ਉਹਨੂੰ ਦਮੋਦਰ ਕਹੋ ਉਹਨੂੰ ਇੱਕ ਗੋਪਾਲ ਕਹੋ ਗੋਬਿੰਦ ਕਹੋ ਕਰੀਮ ਕਹੋ ਰਹੀਮ ਕਹੋ ਬਖਸ਼ਦੇ ਜਿਹਾ ਵਹਿਗੁਰੂ ਸ਼ਬਦ ਵਰਤਨੇ ਪਰ ਅਸਲ 'ਚ ਇਹ ਵੀ ਜਿਹੜੇ ਲਫ਼ਜ਼ ਨੇ ਇਹ ਵੀ ਜਿਹੜੇ ਸ਼ਬਦ ਨੇ ਇਹ ਵੀ ਜਿਹੜੇ ਅੱਖਰ ਨੇ ਇਹ ਉਦੋਂ ਖੋਂਦ ਚ ਆਏ ਆ ਜਦੋਂ ਮਾਨਵ ਜਾਤੀ ਨੇ ਵਿਕਾਸ ਕੀਤਾ ਪਰ ਜਦੋਂ ਕੁਝ ਵੀ ਨਹੀਂ ਸੀ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾਮ ਉਦੋਂ ਵੀ ਸੀ ਉਸ ਨੂੰ ਗੁਰਬਾਣੀ ਨੇ ਸਤ ਨਾਮ ਕਿਹਾ ਹੈ ਮਹਾਰਾਜ ਕਹ ਰਹੇ ਨੇ ਕਿਰਤਮ ਨਾਮ ਕਥੇ ਤੇਰੇ ਜੀਵਾ ਸਤ ਨਾਮ ਤੇਰਾ ਪਰਾਪੂਰਬਲਾ ਇਸ ਨੂੰ ਫਿਰ ਬੇਨਤੀ ਨੂੰ ਸੁਣਿਓ ਸਤ ਨਾਮ ਦਾ ਅਰਥ ਸਸਾ ਤਤਾਂ ਨੰਨੇ ਨੂੰ ਕੰਨਾ ਤੇ ਮੰਮਾ ਨਹੀਂ ਜਿਵੇਂ ਬਾਣੀ ਚਲੋ ਇਹ ਅਖਰੀ ਅਖਰੀ ਆਇ ਹਾਲਾਂਸੀ ਰੋਜ ਪੜਨੇ ਆ ਅਖਰੀ ਨਾਮ ਅਖਰੀ ਸਾਲਹਾ ਅਖਰੀ ਗਿਆਨਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਇਹਦੇ ਵਿੱਚ ਮਹਾਰਾਜ ਇੱਕ ਵਚਨ ਕਰਦੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ ਫਿਰ ਮਹਾਰਾਜ ਇਹ ਵੀ ਬਾਣੀ ਚ ਕਹਿੰਦੇ ਆ ਇਹ ਅਖਰ ਖਿਰ ਜਾਹੇਗੇ ਓਏ ਅਖਰ ਇਨ ਮੈਂ ਨਾਹੀਂ ਅਰਜ਼ ਹੈ ਸਤਨਾਮ ਸਾਡੀ ਇਸ ਬੋਲੀ ਦਾ ਅਸੀਂ ਗੁਰਮੁਖੀ ਲਿਪੀ ਚ ਕਹਿੰਦੇ ਆ ਸਤਨਾਮ ਜਦੋਂ ਪੜ੍ਹਨੇ ਆ ਸ ਸ ਤੱਤੇ ਨੂੰ ਸਿਹਾਰੀ ਨੰਨੇ ਨੂੰ ਕੰਨਾ ਤੇ ਮਮਾ ਸਤਨਾਮ ਪਰ ਪਿਆਰਿਓ ਜਦੋਂ ਸਤਨਾਮ ਅੱਖਰ ਵੀ ਨਹੀਂ ਸੀ ਜਦੋਂ ਕੋਈ ਭਾਸ਼ਾ ਨਹੀਂ ਸੀ ਕੋਈ ਸ਼ਬਦਾਵਲੀ ਨਹੀਂ ਈਵਨ ਕਿ ਮਾਨਸ ਜਾਤੀ ਨਾਮ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਭਲੇ ਲੋਕੋ ਨਾਮ ਉਸ ਦਿਨ ਵੀ ਸੀ ਐਸੇ ਕਰਕੇ ਗੁਰੂ ਕਹਿ ਰਿਹਾ ਹੈ ਕੇ ਨਾਮ ਖਰ ਥਾਂ ਤੇ ਖਰ ਵੇਲੇ ਖਰ ਜੁਗ ਵਿੱਚ ਰਹਿੰਦਾ ਹੈ ਜਿਹੜਾ ਨਾਮ ਸਾਡੀ ਖੋਂਦ ਤੋਂ ਪਹਿਲਾਂ ਸੀ ਅੱਜ ਵੀ ਹੈ ਜਿੱਦਨ ਸਾਰੀ ਸ੍ਰਿਸ਼ਟੀ ਸਮੇਟੀ ਜਾਏਗੀ ਨਾਮ ਫਿਰ ਵੀ ਰਹੇਗਾ ਕਿਉਂਕਿ ਸਤ ਨਾਮ ਤੇਰਾ ਪਰਾਪੂਰਬਲਾ ਸਤ ਨਾਮ ਤੇਰਾ ਬਹੁਤ ਪਹਿਲਾਂ ਦਾ ਹੈ ਉਹ ਸਤ ਨਾਮ ਦਾ ਅਰਥ ਉਹਦੀ ਖੋਂਦ ਮੈਂ ਫਿਰ ਬੇਨਤੀ ਕਰਾਂ ਸਤ ਦੀ ਵਿਆਖੀ ਨਾਮ ਕਰਦਾ ਪਿਆ ਉਹਦਾ ਨਾਮ ਸਤ ਹੈ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਉਹਦਾ ਨਾਮ ਹੈ ਜਿਹੜੀ ਉਹਦੀ ਖੌਂਦ ਹੈ ਜਿਹੜੀ ਦੁਈ ਕੁਦਰਤ ਤੋਂ ਸਾਜੇ ਉਹ ਨਾਮ ਸਦੀਵ ਰਹੇਗਾ ਇੱਥੋਂ ਤੱਕ ਕੀਰਤਮ ਨਾਮ ਅਸੀਂ ਭਗਤਾਂ ਨੂੰ ਸੰਤਾਂ ਨੂੰ ਗੁਰਮਖਾਂ ਨੂੰ ਦੇਖਨੇ ਕੀਰਤਮ ਨਾਮ ਗੁਰੂ ਗ੍ਰੰਥ ਸਾਹਿਬ ਚ ਬਹੁਤ ਆਇਆ ਬਹੁਤ ਜ਼ਿਆਦਾ ਇੱਥੋਂ ਤੱਕ ਕਿ ਮਹਾਰਾਜ ਜੀ ਨੇ ਨਾ ਜੀ ਨਾਮ ਪਿੱਛੇ ਕੋਈ ਝਗੜਾ ਨਹੀਂ ਖੜਾ ਕੀਤਾ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹੋ ਇੱਥੇ ਰੱਬ ਦੇ ਨਾਮ ਤੇ ਡਾਂਗ ਨਹੀਂ ਖਿੱਚੀ ਗਈ ਜੇ ਅੱਲਾ ਕੇ ਤੇ ਨਾਲ ਰਾਮ ਸ਼ਬਦ ਵੀ ਵਰਤਿਆ ਹੈ ਜੇ ਗੋਬਿੰਦ ਸ਼ਬਦ ਵਰਤੇ ਹੈ ਤੇ ਨਾਲ ਕਰੀਮ ਰਹੀਮ ਸ਼ਬਦ ਵੀ ਵਰਤੇ ਆ ਇਹ ਨਹੀਂ ਕਿ ਮਹਾਰਾਜ ਦੋਨਾਂ ਧੜਿਆਂ ਨੂੰ ਖੁਸ਼ ਰੱਖਣਾ ਚਾਹਦੇ ਗੁਰੂ ਸਾਹਿਬ ਇਸ ਗੱਲ ਨੂੰ ਸਮਝਾਉਂਦੇ ਪਏ ਉਹ ਬੰਦੇਓ ਇੱਕ ਦੇ ਦੋ ਨਾਮ ਰੱਖ ਲੈ ਹੋਣ ਦੇ ਕਹੇ ਤੁਸੀਂ ਕਿਉਂ ਆਪਸ ਵਿੱਚ ਇੱਕ ਦੂਜੇ ਨੂੰ ਮਾਰਨ ਤੇ ਤੁਲਿਓ ਤੁਸੀਂ ਉਹਨੂੰ ਤਾਂ ਪੁੱਛੋ ਜਿਹਦਾ ਕਿਰਤਮ ਨਾਮ ਬੁਕਾਰਦੇ ਬੈਠੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਉਹਦੀ ਸ਼ਕਤੀ ਹੈ ਇਸ ਨੂੰ ਥੋੜਾ ਜਿਹਾ ਵਿਆਖਿਆ ਕਰ ਲਈ ਇੱਕ ਸ਼ੰਤ ਪਹਿਲਾਂ ਅੱਜ ਮੈਂ ਜਾਪ ਸਹਿਬ ਦਾ ਬੇਨਤੀ ਕਰਾਂਗਾ ਭਾਵਾ ਕਿ ਆਪ ਸੰਗਤ ਨੇ ਕਾਫੀ ਜ਼ਿਆਦਾ ਸੱਜਣਾ ਨੇ ਕਿਹਾ ਵੀ ਜਾਪ ਸਹਿਬ ਮੈਂ ਆਪ ਜੀ ਨੂੰ ਕਹਾਂ ਵੀ ਸਤਿਗੁਰੂ ਮੇਰ ਕਰੇ ਹੰਕਾਰ ਨਹੀਂ ਉਹ ਤਰਸ ਕਰੇ ਅਸੀ ਸੰਗਤ ਦਾ ਆਪਾਂ ਜ਼ਰੂਰ ਵਕਤ ਆਏਗਾ ਕਰਾਂਗੇ ਹੁਣ ਜਦੋਂ ਆਪਾਂ ਪਹਿਲਾ ਸ਼ੰਤ ਪੜਨੇ ਆ ਜਾਪ ਸਾਹਿਬ ਦਾ ਉਸ ਵੀ ਥੋੜਾ ਜਿਹਾ ਹੋਰ ਗੱਲ ਕਲੀਅਰ ਹੋ ਜਾਏਗੀ ਨਾਮ ਕਿਰਤਮ ਨਾਮ ਮਹਾਰਾਜ ਜੀ ਦਾ ਬਚਨ ਹੈ ਚੱਕਰ ਚੈਨ ਅਰ ਬਰਣ ਜਾਤ ਅਰ ਪਾਤ ਨਹਿ ਨਜੀ ਅਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕਹ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰੀ ਇੰਦਰਾਣ ਸ਼ਾਹ ਸ਼ਹਾਨ ਗਣੀਜੈ ਤ੍ਰਿ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਣ ਕਹਿਤ ਤਬ ਸਰਬ ਨਾਮ ਸਰਬ ਨਾਮ ਸਾਰੇ ਨਾਵਾਂ ਨੂੰ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ ਕਰਮ ਨਾਮ ਕਿਰਤਮ ਨਾਮ ਥੋੜੀ ਜੇ ਦੀ ਵਿਆਖਿਆ ਮੈਂ ਸਿਰਫ ਸੰਖੇਪ ਕਰਾਂਗਾ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਪਹਿਲਾ ਬਚਨ ਚਕਰ ਚਿਹਨ ਚਕਰ ਜਿਹੜਾ ਸ਼ਬਦ ਹੈ ਗੁਰੂ ਸਾਹਿਬ ਕਹਿੰਦੇ ਆ ਕਿ ਜਿਵੇਂ ਇਨਸਾਨਾਂ ਸਾਡਿਆਂ ਦੇ ਸਾਡੇ ਇਨਸਾਨਾਂ ਦੇ ਹੱਥ ਨੇ ਇਹਨਾਂ ਹੱਥਾਂ ਦੀਆਂ ਜਿਹੜੀਆਂ ਆ ਲਕੀਰਾਂ ਨੇ ਜਿਨੂੰ ਆਪਾਂ ਚੱਕਰ ਸ਼ਬਦ ਵਰਤ ਲਈਏ ਚਿੰਨ ਨਿਸ਼ਾਨੀਆਂ ਵਰਤ ਲਈਏ ਕਹਿੰਦੇ ਨੇ ਜਿਵੇਂ ਇਨਸਾਨ ਤੇਰੇ ਖੱਥਾਂ ਦੇ ਪੈਰਾਂ ਦੇ ਨਿਸ਼ਾਨ ਨੇ ਤੇਰੀਆਂ ਹੱਥਾਂ ਦੀਆਂ ਤਲੀਆਂ ਦੀਆਂ ਰਖਾਵਾਂ ਨੇ ਉਸ ਅਕਾਲ ਪੁਰਖ ਦਾ ਕੋਈ ਇਸ ਤਰ੍ਹਾਂ ਦਾ ਚੱਕਰ ਚਿੰਨ ਨਹੀਂ ਉਹਦਾ ਕੋਈ ਇਸ ਤਰ੍ਹਾਂ ਦਾ ਨਿਸ਼ਾਨ ਨਹੀਂ ਮਹਾਰਾਜ ਫਿਰ ਬੇਨਤੀ ਸੁਣਿਓ ਕੋਈ ਉਹ ਚੱਕਰ ਚੇਨ ਚ ਨਹੀਂ ਚੱਕਰ ਚੇਨ ਅਰ ਵਰਣ ਜਾਤ ਅਰ ਪਾਤ ਨਹਿਣ ਜੇ ਤੂੰ ਆ ਚਾਰ ਵਰਨ ਬਣਾਈ ਬੈਠਾ ਖੱਤਰੀ ਬ੍ਰਾਹਮਣ ਸ਼ੋਧ ਵੈਸ਼ ਪ੍ਰਮਾਤਮਾ ਦਾ ਕੋਈ ਵਰਨ ਨਹੀਂ ਅਗਲਾ ਪਾਤ ਦਾ ਅਰ ਤੇ ਬਰਾਦਰੀ ਆ ਸਾਡੀ ਬਰਾਦਰੀ ਆ ਤੁਹਾਡੀ ਬਰਾਦਰੀ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਨਾ ਉਹਦਾ ਕੋਈ ਤੇਰੇ ਤਰ੍ਹਾਂ ਚੱਕਰ ਚੇਨ ਖੈ ਨਾ ਉਹਦੀ ਕੋਈ ਆ ਬਰਾਦਰੀ ਖੈ ਉਹਦਾ ਕੋਈ ਵਰਨ ਨਹੀਂ ਉਹ ਖੱਤਰੀ ਬ੍ਰਾਹਮਣ ਸ਼ੋਦਵੈਸ਼ ਇਹ ਚ ਨਹੀਂ ਹੋਏਗਾ ਇਹ ਉਹਦੀ ਕੋਈ ਬਰਾਦਰੀ ਵੀ ਨਹੀਂ ਉਹਦਾ ਕੋਈ ਵਰਨ ਵੀ ਨਹੀਂ ਚੱਕਰ ਚੈਨ ਅਰ ਵਰਣ ਜਾਤ ਅਰ ਪਾਤ ਨਹਿ ਨ ਜੇ ਪਿਆਰਿਓ ਉਹਦੀ ਨਾ ਕੋਈ ਜਾਤ ਮੈਂ ਚਲੋ ਸ਼ਬਦ ਵਰਤਾਂ ਜਾਤਾਂ ਜਿਹੜੀਆਂ ਆਪਾਂ ਬਣਾਈ ਬੈਠੇ ਕਈ ਵਾਰੀ ਮਨ ਚ ਆਉਂਦਾ ਵਾਹ ਸਤਿਗੁਰੂ ਇਹ ਇਨਸਾਨ ਨੇ ਘੜੀਆਂ ਸਾਰੀਆਂ ਗੱਲਾਂ ਤੁਸੀਂ ਸਾਰੀਆਂ ਜਾਤਾਂ ਨੂੰ ਖਤਮ ਕਰਕੇ ਜਦੋਂ ਪ੍ਰਕਾਸ਼ ਕੀਤਾ ਤੇ ਉਸ ਦਾ ਨਾਮ ਹਰੀ ਮੰਦਰ ਰੱਖਿਆ ਪਹਿਲਾ ਪ੍ਰਕਾਸ਼ ਹੁੰਦੇ ਹੋਇਆ ਦਰਬਾਰ ਸਾਹਿਬ ਰੱਖਿਆ ਤੁਸੀਂ ਕਹੋ ਵੀ ਜਿਹਦਾ ਪ੍ਰਕਾਸ਼ ਕਰਨ ਲੱਗਾ ਸ਼ਬਦ ਦਾ ਉਹਦਾ ਕੋਈ ਰੂਪ ਕੋਈ ਰੇਖ ਕੋਈ ਚੱਕਰ ਚਿੰਨ ਕੋਈ ਬਜਾਤ ਕੋਈ ਬਰਾਦਰੀ ਕੋਈ ਗੋਤ ਨਹੀਂ ਪਰ ਅੱਜ ਆਪਾਂ ਮਨ 'ਚ ਛਾਤੀ ਮਾਰ ਕੇ ਦੇਖੀਏ ਅਸੀਂ ਗੁਰੂ ਸਾਹਿਬ ਜੀ ਨੂੰ ਬੜਾ ਸ਼ਬਦ ਔਖਾ ਲੱਗਣਾ ਅਸੀਂ ਆਪਣੀਆਂ ਬਰਾਦਰੀਆਂ ਦੇ ਨਾਮ ਤੇ ਗੁਰਦੁਆਰੇ ਬਣਾਏ ਤੇ ਰੱਬ ਦੀ ਬਰਾਦਰੀ ਕਿਹੜੀ ਹੈ ਬਈ ਉਦੀ ਕਿਹੜੀ ਜਾਤ ਹੈ ਕਿਹੜੀ ਜਾਤ ਵਿੱਚੋਂ ਆਇਆ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਇਹ ਬਚਨ ਜਦੋਂ ਸਮਾ ਆਏਗਾ ਪੰਜਾਬ ਸਾਹਿਬ ਦੇ ਅਰਥ ਕਰਾਂਗੇ 1101 ਵਾਰ ਮੇਰੇ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਦੀ ਉਸਤਤ ਵਿੱਚ ਉਹਨੂੰ ਨਮਸਕਾਰ ਕੀਤੀ ਉਹਦੇ ਨਾਵਾਂ ਦਾ ਜ਼ਿਕਰ ਕੀਤਾ ਚੱਕਰ ਚਿੰਨ ਅਰ ਬਰਣ ਜਾਤ ਅਰ ਪਾਤ ਨਹਿਨ ਜੇ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹ ਅਰੂਪ ਤੇਰਾ ਕਿਹੜਾ ਇੱਕ ਸਰੂਪ ਹੈ ਤੇਰਾ ਕੋਈ ਰੰਗ ਨਹੀਂ ਕੋ ਕਾਲਾ ਪੀਲਾ ਨੀਲਾ ਨਹੀਂ ਤੂੰ हे ਪ੍ਰਮਾਤਮਾ ਤੇਰਾ ਕੋਈ ਚੱਕਰ ਧਾਰੀ ਨਹੀਂ ਤੂੰ ਗਦਾ ਧਾਰੀ ਨਹੀਂ ਤੂੰ ਸੁਦਰਸ਼ਨ ਚੱਕਰ ਨਹੀਂ ਪੜਿਆ ਨਿਰਗੁਣ ਦੇ ਰੂਪ ਦੇ ਵਿੱਚ ਤੇਰਾ ਕੁਛ ਵੀ ਨਹੀਂ ਚੱਕਰ ਚੈਨ ਅਰ ਬਰਣ ਜਾਤ ਅਰ ਪਾਤ ਨੇ ਜੇ ਰੂਪ ਰੰਗ ਅਰ ਰੇਖ ਭੇਖ ਤੂੰ ਸੰਨਿਆਸੀਆਂ ਵਾਲੇ ਭੇਖ ਤੂੰ ਮੁੱਲਾਂ ਵਾਲੇ ਭੇਖ ਤੂੰ ਗਿਆਨੀਆਂ ਵਾਲੇ ਭੇਖ ਕੋਈ ਭੇਖ ਤੇਰੇ ਉੱਤੇ ਲਾਗੂ ਨਹੀਂ ਹੁੰਦਾ ਇਹਨੂੰ ਗੁਰੂ ਅੱਗੇ ਜਾ ਕੇ ਕਹਿੰਦੇ ਨੇ ਅਪੇਖ ਹੈ ਤੇਰੇ ਤੇ ਕੋਈ ਭੇਖ ਨਹੀਂ ਮਹਾਰਾਜ ਕਹਿੰਦੇ ਰੂਪ ਰੰਗ ਅ ਰੇਖ ਭੇਖ ਕੋ ਕਹਿ ਨਾ ਸਕਤ ਕੇ ਕੋਈ ਨਹੀਂ ਕਹਿ ਸਕਦਾ ਤੇਰਾ ਰੂਪ ਕੈਸਾ ਪਰ ਇਹਦੇ ਨਾਲ ਇਹ ਨਹੀਂ ਕਿਹਾ ਹੁਣ ਇਹ ਦੋ ਤੁਕਾ ਜਦੋਂ ਅਸੀਂ ਪੜਾਂਗੇ ਤੇ ਬੰਦੇ ਦੇ ਮਨ ਚ ਆਏਗਾ ਫਿਰ ਤਾਂ ਕੁਝ ਵੀ ਨਹੀਂ ਜਦੋਂ ਕੋਈ ਉਹਦੀ ਖੋਦ ਨਹੀਂ ਕੋਈ ਜਾਤ ਨਹੀਂ ਕੋਈ ਵਰਨ ਨਹੀਂ ਕੋਈ ਰੂਪ ਰੂਪ ਨਹੀਂ ਕੋਈ ਰੇਖ ਨਹੀਂ ਇਹ ਤਾਂ ਫਿਰ ਐਵੇਂ ਹਨੇਰੇ ਚ ਟੱਕਰਾ ਮਾਰਨੇ ਆ ਕੁਝ ਵੀ ਨਹੀਂ ਅੱਗੇ ਸਤਗੁਰੂ ਬਖਸ਼ਿਸ਼ ਕਰਦੇ ਮਹਾਰਾਜ ਕਹਿੰਦੇ ਚਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿ ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨ ਸਕਤ ਕਿਹ ਅਗੇ ਗੁਰੂ ਜੀ ਕਹਿੰਦੇ ਨੇ ਅਚਲ ਮੂਰਤ ਇਤੇ ਮੂਰਤ ਦਰ ਤੇ ਹੁੰਦ ਖਿਮਾ ਕਰਿਓ ਮੈਂ ਦਾਵਾ ਨਹੀਂ ਅਰਥਾਂ ਦੇ ਕਰ ਰਿਆ ਇਹਦਾ ਅਰਥ ਮੂਰਤ ਦਰ ਚਿੱਤਰ ਨਹੀਂ ਕਿਉਂਕਿ ਜਾਂਪ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਚਿੱਤਰੰਗ ਬਹੀਨੈ ਕਿ ਇਕੈ ਆਧਿਨੈ ਕੌਣ ਜੰਮਿਆ ਤੇਰੀਆਂ ਮੂਰਤਾਂ ਬਣਾ ਸਕਦਾ ਤੂੰ ਮੂਰਤ ਤੋਂ ਰਹਿਤ ਹੈ ਕਈ ਵਾਰੀ ਜਦੋਂ ਜਾਪ ਸਹਿ ਪੜ੍ਹਨੇ ਮੈਂ ਕਹਿੰਦਾ ਸਤਿਗੁਰੂ ਇੰਨੀ ਵਿਸ਼ਾਲਤਾ ਇੱਥੇ ਮਜਬ ਦੇ ਨਾਂ ਤੇ ਲੋਕ ਇੱਕ ਦੂਜੇ ਦੇ ਸਿਰ ਵੜਦੇ ਆ ਗੁਰੂ ਗੋਬਿੰਦ ਸਿੰਘ ਕਹਿੰਦਾ ਨਮਸਤੰਗ ਅ ਮਜਬੇ ਇਹ ਲੜੀ ਜਾਂਦੇ ਨੇ ਤੇਰਾ ਮਜਬ ਕਿਹੜਾ ਹੈ ਪ੍ਰਮਾਤਮਾ ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਅਨਪਾਉ ਪ੍ਰਕਾਸ਼ ਅਚਲ ਮੂਰਤ ਅਚਲ ਦਾ ਮਤਲਬ ਜਿਹੜਾ ਚਲਾਇਮਾਨ ਨਹੀਂ ਜਿੰਨੇ ਜਾਣਾ ਨਹੀਂ ਤੇ ਮੂਰਤ ਦਾ ਅਰਥੇ ਖੋਦ ਜਿੰਨੂੰ ਆਪ ਜੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਚ ਪੜਦੇਓ ਅਕਾਲ ਮੂਰਤ ਉਹਨੂੰ ਗੁਰੂ ਗੋਬਿੰਦ ਸਿੰਘ ਅਚਲ ਮੂਰਤ ਕਹਿ ਰਹੇ ਅਕਾਲ ਦਾ ਅਰਥ ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਤੇ ਅਚਲ ਦਾ ਅਰਥ ਜਿਹੜਾ ਸਮੇਂ ਦੇ ਨਾਲ ਚਲਾਏ ਮੰਨੀ ਅਰਥ ਇੱਕੋ ਹੀ ਨੇ ਅਚਲ ਮੂਰਤ ਅਨਭਉ ਪ੍ਰਕਾਸ਼ ਉਹਨੂੰ ਕਿਸੇ ਨੇ ਪ੍ਰਕਾਸ਼ ਨਹੀਂ ਦਿੱਤਾ ਉਹਨੂੰ ਕੋਈ ਸਥਾਪਿਤ ਕਰਨ ਵਾਲਾ ਨਹੀਂ ਯਾਦ ਰੱਖਿਓ ਆਪਣੀ ਗੱਲ ਚੱਲਦੀ ਪਈਏ ਨਾਮ ਰਹੋ ਵਿਸ਼ੇ ਤੋਂ ਦੂਰ ਨੀ ਜਾਣ ਅਨਪਉ ਪ੍ਰਕਾਸ਼ ਉਹਨੂੰ ਕਿਸੇ ਨੇ ਚਾਨਣ ਨਹੀਂ ਦਿੱਤਾ ਉਹਦਾ ਆਪਣਾ ਪ੍ਰਕਾਸ਼ ਹੈ ਸੁਤੇ ਸਿੱਧ ਹੈ ਇਹਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਜੀ ਕਿਹਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਅਨਪਉ ਪ੍ਰਕਾਸ਼ ਆਪੇ ਆਪ ਆਪੇ ਆਪ ਨਿਰੰਜਨ ਸੋ ਮਹਾਰਾਜ ਕਹਿੰਦੇ ਅਚਲ ਮੂਰਤ ਅਨਪਉ ਪ੍ਰਕਾਸ਼ ਉਹ ਆਪਣਾ ਪ੍ਰਕਾਸ਼ ਉਹਦਾ ਆਪਣਾ ਹੈ ਇਹਦਾ ਮਤਲਬ ਇਹ ਹੋਇਆ ਚਲੋ ਆ ਸੂਰਜ ਸਾਨੂੰ ਪ੍ਰਕਾਸ਼ ਦੇ ਰਿਹਾ ਸਾਇੰਸ ਪੜ੍ਹਨ ਵਾਲੇ ਦੱਸਦੇ ਆ ਮੈਂ ਕਦੀ ਜ਼ਿਆਦਾ ਗੱਲ ਨਹੀਂ ਕੀਤੀ ਨਾ ਮੈਂ ਨਾ ਪੜਿਆ ਜੀ ਮੈਨੂੰ ਜਿਸ ਵਿਸ਼ੇ ਦਾ ਪਤਾ ਹੀ ਨਹੀਂ ਤੇ ਮੈਂ ਉਹਦਾ ਕਿਉਂ ਐਵੇਂ ਗੁਰੂ ਗ੍ਰੰਥ ਸਾਹਿਬ ਉੱਤੇ ਲਾਗੂ ਕਰੀ ਜਾਵਾਂ ਉਹਨੂੰ ਪਰ ਉਹਨੂੰ ਦੱਸ ਦਿਆ ਵੀ ਸੂਰਜਾਂ ਤੋਂ ਬڑے ਵੱਡੇ ਸੂਰਜਾ ਮੈਂ ਉਸ ਦਿਨ ਕਿਹਾ ਸੀ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਾਪ ਸਾਹਿਬ ਵਿੱਚ ਇੱਕ ਬਚਨ ਹੈ ਮਹਾਰਾਜ ਕਹਿੰਦੇ ਨੇ ਸੂਰਜ ਹਰ ਚੀਜ਼ ਨੂੰ ਸੁਕਾ ਦਿੰਦਾ ਤੁਸੀਂ ਦੇਖੋ ਇਹਦੇ ਨੇੜੇ ਤਾਂ ਕੋਈ ਜਾ ਹੀ ਨਹੀਂ ਸਕਦਾ ਅੱਜ ਜੇ ਕਹਿੰਦੇ ਕੋਈ ਜੀਵ ਕੋਈ ਮਨੁੱਖ ਇਹਦੇ ਨਜ਼ਦੀਕ ਜਾ ਸਕੇਗਾ ਇਹ ਪਾਣੀ ਤੇ ਪੈ ਪਾਣੀ ਸੁਕਾਏਗਾ ਹਰ ਚੀਜ਼ ਨੂੰ ਸੁਕਾਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੂਰਜ ਨੂੰ ਮੱਥੇ ਟੇਕਣ ਵਾਲਿਓ ਮੈਂ ਤੁਹਾਨੂੰ ਉਸ ਸੂਰਜ ਦੀ ਗੱਲ ਦੱਸਣੀ ਚਾਹਨਾ ਜਿਹੜਾ ਇਹਨਾਂ ਸੂਰਜਾਂ ਨੂੰ ਵੀ ਸੁਕਾ ਦਿੰਦਾ ਹੈ ਇਹ ਸੂਰਜ ਸਭ ਨੂੰ ਸੁਕਾਂਦਾ ਰੱਬ ਇਹਨੂੰ ਵੀ ਸੁਕਾ ਸਕਦਾ ਇਸ ਕਰਕੇ ਮੈਂ ਕਹਾਂ ਇੰਨਾ ਭਰੋਸਾ ਇੱਕ ਆਪ ਪਰਦੇ ਭਗਵਤੀ ਸ਼ੰਤਪਰਸਾ ਕੱਤੇ ਵਿੱਚ ਕੇ ਅਦਿਤ ਸੋਕੈ ਕੇ ਅਦਿੱਤ ਸੋਕੈ ਅਦਿੱਤ ਦਾ ਅਰਥ ਹੁੰਦਾ ਹੈ ਸੂਰਜ ਸੋਕੈ ਦਾ ਅਰਥ ਹੈ ਸੁਕਾ ਦੇਣਾ हे ਮੇਰੇ ਵੈ ਗੁਰੂ ਕਿ ਕੋਈ ਦੁਨੀਆ ਦੀ ਅਦ੍ਰਿਸ਼ਟਮਾਨ ਤਾਕਤ ਸੂਰਜ ਦੇ ਨੇੜੇ ਨਹੀਂ ਫਟਕ ਸਕਦੀ ਪਰ ਤੇਰੇ ਚੇਨੀ ਤਾਕਤ ਤੇ ਤਪ ਦੇ ਸੂਰਜ ਜਿਹੜਾ ਸਭ ਨੂੰ ਸੁਕਾਂਦਾ ਹੈ ਤੂੰ ਇਹਨੂੰ ਵੀ ਸੁਕਾ ਕੇ ਰੱਖ ਸਕਣਾ ਇੱਥੇ ਮਹਾਰਾਜ ਜੀ ਨੇ ਕਿਹਾ ਅਨਪਉ ਪ੍ਰਕਾਸ਼ ਉਹ ਸੂਰੀ ਦੀ ਤਰ੍ਹਾਂ ਸੂਰਜਾਂ ਦਾ ਸੂਰਜ ਉਹ ਨੂੰ ਕਿਸੇ ਦੀ ਮੁਤਾਜੀ ਨਹੀਂ ਇਸ ਤਰ੍ਹਾਂ ਅਨਪਉ ਪ੍ਰਕਾਸ਼ ਮਹਾਰਾਜ ਦੇ ਬਚਨ ਅਨਪਉ ਪ੍ਰਕਾਸ਼ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਇੱਕ ਲਫਜੇ ਓਜ ਓਜ ਦਾ ਅਰਥ ਹੁੰਦਾ ਤਾਕਤ ਇਹ ਤਿੰਨ ਸ਼ਬਦ ਵਾ ਵਾ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਰਬਾਨ ਜਾਈਏ ਜਿਸ ਦਿਨ ਦਾ ਆਪ ਨੇ ਕਿਹਾ ਮੈਂ ਯਤਨ ਕਰ ਰਿਹਾ ਮੈਂ ਪੁਰਾਤਨ ਤੋਂ ਪੁਰਾਤਨ ਟੀਕੇ ਵਾਚਣ ਲਈ ਜਿਹੜੀ ਸ਼ਬਦਾਵਲੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਵਰਤੀ ਤੇ ਕਦੀ ਇਹ ਅੰਦਰ ਟਿਕਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਓਟ ਅਸਰਾ ਲੈ ਕੇ ਜਪ ਸਾਹਿਬ ਦਾ ਬੋਲ ਕੇ ਪਾਠ ਕਰੋ ਤੁਸੀਂ ਇੰਜ ਪ੍ਰਤੀਤ ਕਰੋਗੇ ਪ੍ਰਤੀਤ ਕੀ ਹਕੀਕਤ ਹੈ ਅਕਾਲ ਦਾ ਸੁੱਤ ਤੁਹਾਡੀਆਂ ਅਕਾਲ ਦੇ ਨਾਲ ਗੱਲਾਂ ਕਰਾਏਗਾ ਮਹਾਰਾਜ ਜੀ ਨੇ ਇਹ ਬਚਨ ਕੀਤਾ ਇਹ ਸ਼ਬਦ ਅੰਮਿਤ ਓਜ ਮੈਂ ਫਿਰ ਬੇਨਤੀ ਕਰਾਂ ਐੜਾ ਫਿਰ ਮਿਤ ਫਿਰ ਓਜ ਅੰਮਿਤ ਮਿਤ ਦੇ ਅਗੇਤਰ ਐੜਾ ਲੱਗਾ ਮਿਤ ਦਾ ਅਰਥ ਹੈ ਮਿੰਨਣਾ ਐੜਾ ਗੇਤਰ ਲਾ ਦਿੱਤਾ ਅਮਿਤ ਅਮਿਣਵਾ ਤੇ ਨਾਲ ਗੁਰੂ ਜੀ ਨੇ ਸ਼ਬਦ ਲਿਖ ਦਿੱਤਾ ਓਜ ਓਜ ਦਾ ਅਰਥ ਹੈ ਤਾਕਤ ਪ੍ਰਮਾਤਮਾ ਤੇਰੀ ਤਾਕਤ ਤੇਰੀ ਸ਼ਕਤੀ ਤੇਰੇ ਬਲ ਨੂੰ ਦੁਨੀਆਂ ਦੀ ਕੋਈ ਤਾਕਤ ਵੀ ਜੋਗ ਨਹੀਂ ਸਕਦੀ ਮਹਾਰਾਜ ਦੇ ਬਚਨ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤ ਓਜ ਕਹੀਜੈ ਤੂੰ ਅਮਿਤ ਓਜ ਕਹ ਤੇਰੇ ਤਾਕਤ ਦਾ ਕੋਈ ਅੰਤ ਨਹੀਂ ਕੋਟ ਇੰਦਰ ਇੰਦਰਾਣ ਇੱਕ ਇੰਦਰ ਨਹੀਂ ਕਰੋੜਾਂ ਇੰਦਰ ਤੇ ਇਹਨਾਂ ਇੰਦਰਾ ਤੋਂ ਵੱਡੇ ਇੰਦਰ ਸ਼ਾਹ ਸ਼ਹਾਨ ਗਨੀਜੇ ਲੋਕ ਆਪਣੇ ਆਪ ਨੂੰ ਤਾਕਤ ਵਾਲੇ ਸ਼ਾਹ ਕਹਿੰਦੇ ਆ ਮੇਰੇ ਵਾਹਿਗੁਰੂ ਜੀ ਕਰੋੜਾਂ ਇੰਦਰਾ ਦਾ ਤੂੰ ਇੰਦਰ ਹੈ ਕਰੋੜਾਂ ਸ਼ੈਨ ਸ਼ਾਹਾਂ ਦਾ ਤੂੰ ਸ਼ਾਹ ਹੈ ਤੇਰੇ ਤੋਂ ਵੱਡਾ ਕੋਈ ਨਹੀਂ ਤੇਰੀ ਇੰਨੀ ਤਾਕਤ ਹੈ ਹੁਣ ਅਗਲੇ ਬਚਤ ਸੁਣਿਓ ਕਿਉਂਕਿ ਅਸੀਂ ਥੋੜਾ ਜਿਹਾ ਨਾਮ ਰਹਿਓ ਸਬਜੈਕਟ ਭਾਵੇਂ ਮਨਸੀ ਵੀ ਤਿੰਨ ਚਾਰ ਦਿਨ ਸਲੋਕ ਦੀ ਕਥਾ ਹੋ ਸਕਦੀ ਹੈ ਪਰ ਅਗਲੀ ਵਿਚਾਰ ਸ਼ੁਰੂ ਕਰਨੀ ਇਸ ਕਰਕੇ ਮੈਂ ਅੱਜ ਇਹਨੂੰ ਸੰਕੋਚ ਵਿੱਚ ਸ਼ਬਦਾਂ ਚ ਚਕਰ ਚੈਨ ਅਰ ਬਰਣ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਕ ਭੇਕ ਕੋ ਕਹਿ ਨਾ ਸਕਤ ਕਹ ਅਚਲ ਮੂਰਤ ਅਨਪ੍ਰਕਾਸ਼ ਅਮਿਤੋਜ ਕੇ ਜੈ ਕੋਟ ਇੰਦਰੀ ਇੰਦ੍ਰਾਨ ਸ਼ਹਾ ਸ਼ਹਾਨ ਗਣੀਜੈ ਅੱਗੇ ਮਹਾਰਾਜ ਕਹਿੰਦੇ ਤ੍ਰੈ ਪਵਨ ਮਹੀਪ ਤਿੰਨਾ ਪਵਨਾ ਦੇ ਮਹੀਪ ਮਹੀ ਦਾ ਅਰਥ ਧਰਤੀ ਤਿੰਨਾ ਪਵਨਾ ਦੇ ਰਾਜੇ ਇਹਦੇ ਅਰਥ ਇਹ ਕਰਾਂਗੇ ਤ੍ਰਿ ਭਵਨ ਮਖੀਪ ਸੋਰ ਨਰ ਅਸ਼ੁਰ ਦੇਵ ਤੇ ਮਨੁੱਖ ਤੇ ਦੈਤ ਤ੍ਰਿ ਭਵਨ ਮਖੀਪ ਸੁਰ ਨਰ ਅਸ਼ੁਰ ਸਤਿਗੁਰੂ ਕਹਿੰਦੇ ਨੇ ਕਦੀ ਧਿਆਨ ਨਾਲ ਸਿੱਖੋ ਸੁਣਿਓ ਨਾਮ ਕੀ ਹੈ ਹਜ਼ੂਰ ਕਹਿੰਦੇ ਨੇ ਤਿੰਨਾ ਪਵਨਾ ਦੇ ਰਾਜੇ ਦੇਵ ਤੇ ਦੈਨ ਤੇ ਮਨੁੱਖ ਪੌਂਟਾ ਸਾਹਿਬ ਦੇ ਸੱਚੇ ਪਾਤਸ਼ਾਹ ਨੇ ਬਾਣੀ ਰਚੀ ਜੀ ਜਮਨਾ ਦੇ ਕੰਢੇ ਹਜ਼ੂਰ ਗੁਰਦੇਵ ਕਹਿੰਦੇ ਨੇ ਦੇਖੋ ਖਵਾ ਚਲਦੀ ਹੈ ਤੇ ਖਵਾ ਦੇ ਨਾਲ ਰੁੱਖਾਂ ਦੇ ਪੱਤੇ ਆਪਸ ਵਿੱਚ ਰਗੜਦੇ ਨੇ ਇਹਨਾਂ ਵਿੱਚੋਂ ਜਿਹੜੀ ਆਵਾਜ਼ ਆਉਂਦੀ ਪਈ ਹੈ ਮਹਾਰਾਜ ਕਹਿੰਦੇ ਨੇ ਨਾਮ ਕੀ ਹੈ ਕੰਨ ਲਾ ਕੇ ਸੁਣੋ ਹਜ਼ੂਰ ਕਹਿੰਦੇ ਨੇ ਜੰਗਲ ਦਾ ਤਣਕਾ ਤਣਕਾ ਜਿਹੜਾ ਮੇਰੇ ਪਰਮਾਤਮਾ ਨੂੰ ਨੇਤ ਨੇਤ ਕਹਿ ਰਿਹਾ ਹੈ ਨੇਤ ਦਰਥੇ ਨਾ ਇਤੀ ਨਾ ਇਤੀ ਮੀਨਸ ਮੈਂ ਜੋ ਕਹਿ ਦਿੱਤਾ ਤੂੰ ਇਸ ਤੋਂ ਅੱਗੇ ਬੇਅੰਤ ਹੈ ਬੇਅੰਤ ਹੈ ਮਹਾਰਾਜ ਕਹਿੰਦੇ ਨੇ ਜੰਗਲ ਦੇ ਤਣਕੇ ਵੀ ਰੱਬ ਦੇ ਨਾਮ ਨੂੰ ਨੇਤ ਨੇਤ ਕਹਿ ਰਿਹਾ ਕਿੰਨਾ ਨਾਮ ਸਰਵ ਵਿਆਪਕ ਹੈ ਤਰ ਪਵਨ ਮਹੀਪ ਸੋਰ ਨਰ ਅਸੋਰ ਨੇਤ ਨੇਤ ਬਨ ਤ੍ਰਿਣ ਕਹਿਤ ਬਨ ਤ੍ਰਿਣ ਬਨ ਜੰਗਲ ਦੇ ਤਣਕੇ ਤੇ ਇਹ ਵੀ ਸੱਚ ਮੈਂ ਅਰਥ ਕਰ ਦਿੱਤੇ ਨੇ ਪਰ ਜਿਹਦੇ ਤੇ ਗੁਰ ਪ੍ਰਸਾਦ ਹੋ ਕੇ ਇਹ ਨਾਮ ਸੁਣਾਈ ਦੇਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮਿੱਠਨ ਕੋਟ ਗਏ ਇਸ ਘਟਨਾ ਦਾ ਜ਼ਿਕਰ ਡਾਕਟਰ ਜਸਵੰਤ ਸਿੰਘ ਨੇਕੀ ਖੁਣਾ ਨੇ ਜਿਹੜੀ ਅਰਦਾਸ ਦੀ ਪੁਸਤਕ ਲਿਖੀ ਜਿੰਨਾ ਸਜਣਾ ਨੇ ਪੜ੍ਹੀ ਹੈ ਉਸ ਵਿੱਚ ਜਦੋਂ ਉਹ ਦਾਨਾਂ ਦੀ ਵਿਆਖਿਆ ਕਰ ਰਹੇ ਸਨ ਦਾਨਾ ਸਰਦਾਨ ਨਾਮਦਾਨ ਉਸ ਵਿੱਚ ਉਹਨਾਂ ਨੇ ਇਹ ਗੱਲ ਦਰਜ ਕੀਤੀ ਹੈ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਮਿੱਠਨ ਕੋਟ ਗਏ ਤੇ ਉੱਥੇ ਫਕੀਰ ਮੀਆਂ ਮਿੱਠਾ ਮਿਲਿਆ ਮਹਾਰਾਜ ਜੀ ਦੇ ਸਨਮੁਖੋ ਨਿਮਰਤਾ ਸਹਿਤਾ ਆ ਗਿਆ ਉਹਨੇ ਹਜ਼ੂਰ ਨੂੰ ਨਮਸਕਾਰ ਕਰਕੇ ਜਾਂ ਅਤਬ ਦੇ ਸਤਕਾਰ ਦੇ ਕੇ ਪਹਿਲਾ ਸਵਾਲ ਇਹ ਕੀਤਾ ਬਾਬਾ ਨਾਮ ਕੀ ਹੈ ਇਹ ਪ੍ਰਸ਼ਨ ਸੀ ਉਹਦਾ ਕਿ ਨਾਮ ਕੀ ਹੈ ਕਿੰਨੇ ਜਦੋਂ ਇਨਾਕ ਸ਼ਬਦੋ ਨੇ ਕਿਹਾ ਨਾਮ ਕੀ ਹੈ ਤੇ ਹਜ਼ੂਰ ਦੇ ਚਿਹਰੇ ਤੇ ਸਰੂਰ ਦਲ ਕਾ ਮਾਰੇ ਰੁਖਾਨੀਤ ਤੇ ਅਗੋ ਭਿਜੇ ਕੋਈ ਨੇਤਰਾ ਨਾਲ ਬਾਬਾ ਜੀ ਨੇ ਕਿਹਾ ਮੀਆਂ ਮਿਠਾ ਨਾਮ ਦੀ ਕੀਮਤ ਕਿੰਨ ਪਾਈ ਨਾਮ ਦੀ ਕੀਮਤ ਕਿੰਨ ਪਾਈ ਉਹ ਕਹਿੰਦਾ ਫਿਰ ਕਹਿੰਦਾ ਨਹੀਂ ਬਾਬਾ ਮੈਨੂੰ ਸਮਤ ਦੇ ਨਾਮ ਕੀ ਹੈ ਮਹਾਰਾਜ ਕਿੰਨੇ ਕੰਨ ਦੇ ਕੇ ਸੁਣ ਕਿਹੜੀ ਥਾਂ ਜਿੱਥੇ ਨਾਮ ਨਹੀ ਆਪਣੇ ਅੰਦਰ ਸੁਣ ਤੇਰੇ ਅੰਦਰ ਨਾਮ ਹੈ ਉਹ ਮੈਂ ਕਿਹਨਾ ਕਿੰਨਾ ਇਮਾਨਦਾਰ ਸੱਚਾ ਬੰਦਾ ਸੀ ਉਹ ਭੇਖੀ ਨਹੀਂ ਸੀ ਮੈਂ ਕਿਹਨਾ ਬੰਦਾ ਗੁਨਾਹ ਵੀ ਕਰਦਾ ਹੋਵੇ ਨਾ ਤੇ ਗੁਨਾਹਗਾਰ ਵੀ ਇਹ ਮੰਨ ਲੈਂ ਆ ਵੀ ਮੈਂ ਵਾਕਈ ਗੁਨਾਹਗਾਰ ਆ ਰੱਬ ਉਸ ਪਖੰਡੀ ਨਾਲ ਉਹ ਵਾਦ ਉਹਨੂੰ ਥਾਂ ਦੇ ਦਿੰਦਾ ਜਿਹੜਾ ਬੁਰਕਾ ਧਰਮ ਦਾ ਪਾਉਂਦਾ ਹੈ ਅੰਦਰੋਂ ਦੰਬ ਕਰਦਾ ਉਹਨੇ ਸ਼ਬਦ ਕਿਹਾ ਉਹਨੇ ਸੱਚਮੁੱਚ ਕਿਹਾ ਕਹਿੰਦਾ ਨਹੀਂ ਬਾਬਾ ਮੈਨੂੰ ਸੁਣਾਈ ਨਹੀਂ ਦਿੰਦਾ ਉਹਦੇ ਚੇਲੇ ਕੋਲ ਸਾਰਾ ਸੱਚ ਇਹ ਸਾਡੀ ਤਵਾਰੀ ਕਹਿੰਦੀ ਹੈ ਮੇਰੇ ਗੁਰੂ ਨਾਨਕ ਦੀ ਸਪਰਸ਼ਤਾ ਬਿਲੀ ਉਹਨੂੰ ਇਹਨੂੰ ਮਦਾਰੀ ਦੀ ਖੇਡ ਨਾ ਸਮਝਿਓ 18ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਜੀ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਾ ਗਬੈ ਸੁਣਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਇ ਸੰਤ ਇਸ ਤੱਕ ਨੂੰ ਜੇਨ ਚ ਰੱਖੀ। ਹਜ਼ੂਰ ਨੇ ਉਹਦੇ ਹੱਥ ਪਕੜਿਆ। ਇਹ ਸਪਰਸ਼ਤਾ ਮਿਲੀ ਗੁਰੂ ਨਾਨਕ ਸਾਹਿਬ ਦੀ। ਕਿਉਂਕਿ ਉਹਦਾ ਭਾਂਡਾ ਤਿਆਰ ਸੀ। ਮਹਾਰਾਜ ਕਹਿੰਦੇ ਨੇ ਮੀਆਂ ਮਿੱਠਾ ਸੁਣ। ਕੰਨ ਲਾ ਕੇ ਦੇਖ। ਇਤਿਹਾਸ ਕਹਿੰਦਾ ਜਦੋਂ ਮਹਾਰਾਜ ਜੀ ਦਾ ਪਵਿੱਤਰ ਤਨ ਉਹਦੇ ਖੱਤ ਨੂੰ ਸਪਰਸ਼ ਹੋਇਆ। ਗੁਰਬਾਣੀ ਚ ਬੜੀਆਂ ਉਦਾਹਰਨਾਂ ਨੇ। ਜਿੱਥੇ ਸਪਰਸ਼ਤਾ ਵਿੱਚੋਂ ਰਹਿਮਤ ਵਰਦੀ। ਕਹਿਣ ਲੱਗੇ ਹੁਣ ਪਹਿਲਾ ਮੀਆਂ ਮਿੰთა ਪੁੱਛ ਰਿਹਾ ਹੈ ਨਾਮ ਕੀ ਹੈ ਤੇ ਬਾਬਾ ਜੀ ਕਿੰਨੇ ਨਾਮ ਦੀ ਕੀਮਤ ਕਿੰਨੇ ਪਾਈ ਹਜ਼ੂਰ ਦੀ ਸਪਰਸ਼ਤਾ ਮਿਲੀ ਤੇ ਇੱਕੋ ਦਮ ਉਹ ਨਾਮ ਦੀ ਉਸ ਦੇ ਰੋਮ ਰੋਮ ਵਿੱਚ ਉਹਦੀ ਨਾੜ ਨਾੜ ਵਿੱਚ ਤੁਰ ਅੰਦਰ ਨਾਮ ਦੀਆਂ ਤਰੰਗਾ ਨਾਮ ਦੀਆਂ ਲਹਿਰਾਂ ਜਦੋਂ ਪ੍ਰਵਾਹਤ ਹੋ ਗਈਆਂ ਅੰਦਰ ਸ਼ਬਦ ਨੇ ਗੂੰਜਾਰ ਪਾਈ ਗਗਨ ਦਮਾਮਾ ਬਾਜਿਓ ਪਰ ਇਹ ਨਿਸ਼ਾਨੇ ਕਾ ਉਹ ਰੂਖਾਨੀਅਤ ਵਾਲਾ ਸ਼ਬਦ ਹੈ। ਹਜ਼ੂਰ ਨੇ ਉਹ ਸਵਾਲ ਕੀਤਾ ਮੀਆਂ ਮਿੱਠਾ ਨਾਮ ਕੀ ਹੈ। ਸੁਣੋ ਇਸ ਬਿੰਤੀ ਨੂੰ ਪਹਿਲਾ ਉਹ ਪੁੱਛ ਰਿਹਾ ਨਾਮ ਕੀ ਹੈ ਤੇ ਬਾਬਾ ਜੀ ਕਹਿ ਰਹੇ ਨੇ ਮੀਆਂ ਮਿੱਠਾ ਨਾਮ ਦੀ ਕੀਮਤ ਕਿਨ ਪਾਈ। ਹੁਣ ਗੁਰੂ ਨਾਨਕ ਸਾਹਿਬ ਦੀ ਸਪਰਸ਼ਤਾ ਮਿਲੀ ਤੇ ਅੰਦਰ ਜਦੋਂ ਰਚ ਗਿਆ ਨਾਮ ਚ ਤੇ ਮਹਾਰਾਜ ਪੁੱਛਦੇ ਆ ਮੀਆਂ ਮਿੱਠਾ ਨਾਮ ਕੀ ਹੈ ਤੇ ਅੱਖਾਂ ਭਰ ਕੇ ਕਹਿੰਦਾ ਬਾਬਾ ਨਾਮ ਦੀ ਕੀਮਤ ਕਿੰਨੇ ਪਾਈ। ਆਹ ਹੈ అనుభవ ਇਹ ਹੈ ਅੰਦਰੋਂ ਬਖਸ਼ੀਸ਼ ਵਰਤਨੀ ਗੁਰੂ ਗੋਬਿੰਦ ਸਿੰਘ ਜੀ ਨੇ ਕੰਨ ਲਾ ਕੇ ਸੁਣੋ ਤੇ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ ਅਗਲਾ ਬਚਨ ਤਬ ਸਰਬਨਾਮ ਤੇਰੇ ਸਾਰੇ ਨਾਮ ਨੂੰ ਕੋਈ ਨਹੀਂ ਬੋਲ ਸਕਦਾ ਤਾਂ ਮੈਂ ਆਪ ਨੂੰ ਬੇਨਤੀ ਕੀਤੀ ਆਰੰਭ ਚ ਨਾਮ ਰਹੋ ਕਹ ਪਰ ਨਾਮ ਤਾਂ ਉਹ ਸ਼ਕਤੀ ਹੈ ਪ੍ਰਮਾਤਮਾ ਦੀ ਜਿਹੜੀ ਅੱਖਰਾਂ ਦੀ ਵੀ ਮੁਤਾਜ ਨਹੀਂ ਅੱਗੇ ਮੈਂ ਬੇਨਤੀ ਕਰਨੀ ਫਿਰ ਅਖਰੀ ਨਾਮ ਕਿਉਂ ਹੈ ਹਜ਼ੂਰ ਨੇ ਕਿਹਾ ਕਿ ਤਰਪਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤਬ ਸਰਬਨਾਮ ਤੇਰੇ ਸਾਰੇ ਨਾਮ ਨੂੰ ਕੌਣ ਬਿਆਨ ਕਰ ਸਕਦਾ ਕੋਈ ਨਹੀਂ ਕਰ ਸਕਦਾ ਕਥਾ ਕਵਨ ਕਿਸੇ ਕੁਲ ਤਾਕਤ ਨਹੀਂ ਹਾਂ ਅਗਲਾ ਬਚਨ ਕਰਮ ਨਾਮ ਕੀਰਤਮ ਨਾਮ ਜਿਹਨੂੰ ਬਾਬਾ ਜੀ ਕਹਿ ਰਹੇ ਨੇ ਤੇਰੇ ਕੰਮਾਂ ਨੂੰ ਵੇਖ ਕੇ ਨਾਮ ਪੁਕਾਰੇ ਕਰਮ ਨਾਮ ਬਰਨਤ ਬਰਨਦਰਤ ਵਰਣਨ ਕਰਨਾ ਤੇ ਸੁਮਤ ਦਾ ਅਰਥ ਸੋਹਣੀ ਮਤਵਾਲੇ ਵੈਗਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਨਾਮ ਵਰਤੇ ਵੈਗਰੂ ਲਈ ਮੈਂ ਕਿਹਾ ਜਪ ਸਾਹਿਬ ਵਿੱਚ ਹੀ ਕਮਾਲ ਕਰ ਦਿੱਤੀ ਮਹਾਰਾਜ ਜੀ ਹਜ਼ੂਰ ਨੇ ਕਿਹਾ ਕਿ ਤੇਰੇ ਪੂਰੇ ਨਾਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ ਹਾ ਜਿਨ੍ਹਾਂ ਨੂੰ ਤੂੰ ਸੋਜੀ ਦਿੱਤੀ ਤੇਰੇ ਕਰਮ ਦੇਖ ਕੇ ਕਿਰਤਮ ਨਾਮ ਉਹਨੇ ਬੋਲੇ ਪਰ ਕਿਰਤਮ ਨਾਮ ਵਾਲਿਆਂ ਵੀ ਤੇਰੇ ਨਾਮ ਦਾ ਅੰਤ ਨਹੀਂ ਪਾਇਆ ਤਬ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਮੈਂ ਆਪ ਨੂੰ ਬੇਨਤੀ ਕੀਤੀ ਜੀ ਨਾਮ ਉਸ ਪਰਮਾਤਮਾ ਦੀ ਸ਼ਕਤੀ ਹੈ ਆਪਣੀ ਜਿਹੜੀ ਸਭ ਕੁਝ ਸੰਭ ਥੰਬ ਕੇ ਬੈਠੀ ਹੋਈ ਹੈ ਨਾਮੇ ਹੀ ਤੇ ਸਭ ਕੁਝ ਹੋਵਾ ਸਭ ਕੁਝ ਨਾਮ ਵਿੱਚੋਂ ਹੈ ਹੁਣ ਅਗਲਾ ਸਵਾਲ ਇਸ ਸਵਾਲ ਦੀ ਚਲੋ ਮੰਚ ਇਹ ਵੀ ਫਿਰ ਅਖਰੀ ਨਾਮ ਹੈ ਮਨੁੱਖ ਦੀ ਹੋਂਦ ਬਾਅਦ ਵਿੱਚ ਆਈ ਪੀਰ ਪਗੰਬਰ ਅਵਤਾਰ ਆਏ ਉਹਨਾਂ ਨੇ ਅਖਰਾਂ ਰਹੀ ਉਹਦੀ ਸਿਫਤ ਕੀਤੀ ਇਹਦਾ ਇੱਕ ਕਾਰਨ ਹੈ ਆਪ ਸਭ ਨੂੰ ਪਤਾ ਹੈ ਕਿ ਸਾਡੇ ਅੰਦਰ ਮਨੁੱਖ ਦੇ ਧੁਰ ਅੰਦਰ ਪਹਿਲਾ ਖਿਆਲ ਪੈਦਾ ਹੁੰਦਾ ਹੈ ਚੰਗਾ ਹੋਵੇ ਚੰ ਮੰਦਾ ਹੋਵੇ ਖਿਆਲ ਚੰਗਾ ਮੰਦਾ ਕੁਝ ਵੀ ਹੋ ਸਕਦਾ ਹੈ ਉਸ ਖਿਆਲ ਨੂੰ ਅੱਗੇ ਦੁਨੀਆ ਤੱਕ ਪਹੁੰਚਾਉਣ ਦੇ ਲਈ ਲਫ਼ਜ਼ਾਂ ਦੀ ਦੇਹ ਬਣਾਈ ਜਾਂਦੀ ਹੈ ਲਫ਼ਜ਼ਾਂ ਦਾ ਚੋਲਾ ਪਹਿਨਾਇਆ ਜਾਂਦਾ ਫਿਰ ਮੈਂ ਬੇਨਤੀ ਕਰਾਂ ਜੇ ਬੰਦੇ ਅੰਦਰ ਚੰਗੇ ਖਿਆਲ ਨੇ ਚੰਗੇ ਖਿਆਲ ਉਪਜਦੇ ਆ ਤੇ ਉਸ ਖਿਆਲ ਨੂੰ ਵੀ ਅੱਗੇ ਪਹੁੰਚਾਉਣ ਵਾਸਤੇ ਲਫ਼ਜ਼ਾਂ ਦਾ ਚੋਲਾ ਚਾਹੀਦਾ ਹੈ ਮੈਂ ਫਿੰਤੀ ਕਰਾ ਖਿਆਲ ਜਿੰਦ ਕੈ ਲਫ਼ਜ਼ ਉਹਦੀ ਦੇਹ ਨੇ ਤੇ ਜਿਸ ਖਿਆਲ ਨੂੰ ਲਫ਼ਜ਼ਾਂ ਦੀ ਦੇਹ ਮਿਲ ਜਾਏਗੀ ਉਹ ਖਿਆਲ ਰਹੀਂਦੀ ਦੁਨੀਆ ਤੱਕ ਅੱਗੇ ਚੱਲੀ ਜਾਏਗਾ ਪਿਆਰਿਓ ਚੇਤੇ ਰੱਖਿਓ ਉਸ ਸਰਬ ਵਿਆਪਕ ਨਾਮ ਨੂੰ ਗੁਰੂ ਨੇ ਜਾਣਿਆ ਉਸ ਸਰਪ ਵਿਆਪਕ ਨਾਮ ਨੂੰ ਸਤਗੁਰੂ ਗੁਰੂ ਨਾਨਕ ਸਾਹਿਬ ਨੇ ਜਾਣਿਆ ਪਾਕਤਾਨੇ ਜਾਣਿਆ ਜਿਨ੍ਹਾਂ ਨੇ ਜਾਣਿਆ ਇਹ ਉਹਨਾਂ ਦੇ ਅੰਦਰ ਸੀ ਪਰ ਅੰਦਰ ਵਾਲੇ ਉਸ ਨਾਮ ਦੇ ਫੁਰਨੇ ਨੂੰ ਉਹਨਾਂ ਨੇ ਫਿਰ ਜਿਹੜੇ ਲਫ਼ਜ਼ਾਂ ਦੇ ਚੋਲੇ ਪਹਿਨਾਏ ਲਫ਼ਜ਼ਾਂ ਦੀ ਜਿਹੜੀ ਦੇਹ ਦਿੱਤੀ ਕਿਸੇ ਨੇ ਰਾਮ ਕਿਹਾ ਕਿਸੇ ਗੋਪਾਲ ਕਿਹਾ ਕਿਸੇ ਅੱਲਾ ਕਿਹਾ ਕਿਸੇ ਕਰੀਮ ਕਿਹਾ ਕਿਸੇ ਰਹੀਮ ਕਿਹਾ ਮੇਰੇ ਗੁਰੂ ਨਾਨਕ ਸਾਹਿਬ ਨੇ ਸਤਨਾਮ ਵਾਹਿਗੁਰੂ ਵੀ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਆ ਉਹਨਾਂ ਦਾ ਇੱਕ ਬਚਨ ਹੈ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਂਹ ਸਮਾਇਆ ਭਾਈ ਸਾਹਿਬ ਕਹਿੰਦੇ ਸਤ ਰੂਪ ਸਤਨਾਮ ਕਰ ਸਤਗੁਰ ਨਾਨਕ ਦੇਉ ਜੁਪਾਇਆ ਧਰਮਸ਼ਾਲਾ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਅੱਗੇ ਭਾਈ ਸਾਹਿਬ ਲਿਖਦੇ ਆ ਵਿਆਹ ਗੁਰੂ ਗੁਰ ਸ਼ਬਦ ਸੁਨਾਇਆ ਮੈਂ ਫਿਰ ਉਸ ਗੱਲ ਨੂੰ ਰਿਪੀਟ ਕਰਨ ਲੱਗਾ ਮੇਰੇ ਮਨ ਨੂੰ ਸਮਝ ਪੈ ਜਾਏ ਜਿਹੜਾ ਅੰਦਰ ਨਾਮ ਗੁਰੂ ਸਾਹਿਬ ਨੂੰ ਅਨੁਭੋਇਆ ਜਿਹੜਾ ਉਹ ਖਿਆਲ ਸੀ ਉਹਨੂੰ ਸਤਿਗੁਰੂ ਨੇ ਜਿਹੜਾ ਅੱਖਰਾਂ ਦਾ ਚੋਲਾ ਦਿੱਤਾ ਸ਼ਬਦਾਂ ਦਾ ਚੋਲਾ ਦਿੱਤਾ ਉਹਨੂੰ ਸਤਿਗੁਰੂ ਨੇ ਆਪਣੇ ਕੋਲੋਂ ਅਖਰੀ ਨਾਮ ਦੇ ਕੇ ਉਸ ਖਿਆਲ ਨੂੰ ਖਿਆਲ ਸ਼ਬਦ ਵੀ ਚਲੋ ਛੋਟਾ ਹੀ ਲੱਗਦਾ ਉਸ ਰੋਖਾਨੀ ਬਖਸ਼ਿਸ਼ ਨੂੰ ਹਜ਼ੂਰ ਨੇ ਅੱਗੇ ਤੋਰਿਆ ਤੇ ਆਪ ਸਭ ਨੂੰ ਪਤਾ ਹੈ ਦੁਨੀਆਂ ਦੇ ਜਿੰਨੇ ਵੀ ਖਿਆਲ ਨੇ ਆ ਜਿੰਨੀ ਵਿਦਿਆ ਭਾਵੇਂ ਕੋਈ ਵਿਦਿਆ ਕਿਸੇ ਅੰਦਰ ਖਿਆਲ ਸੀ ਉਹਨੇ ਅੱਖਰਾਂ ਦੇ ਰਾਈਂ ਅੱਗੇ ਪ੍ਰਗਟ ਕੀਤਾ ਹੁਣ ਉਹ ਜਿਹੜਾ ਨਾਮ ਅੰਦਰ ਹੈ ਗੁਰੂ ਦੇ ਉਹ ਸਤਿਗੁਰੂ ਨੇ ਲਬਜ਼ਾ ਰਾਈ ਅੱਖਰਾਂ ਰਾਈ ਬਾਹਰ ਪ੍ਰਗਟ ਕਰ ਦਿੱਤਾ ਪਿਆਰਿਓ ਯਾਦ ਰੱਖਿਓ ਜਿਸ ਖਿਆਲ ਨੂੰ ਅੰਦਰ ਵਸਾਣਾ ਹੋਵੇ ਉਸ ਅੱਖਰ ਨੂੰ ਵਾਰ-ਵਾਰ ਰਿਪੀਟ ਕੀਤਾ ਜਾਂਦਾ ਕਿਉਂ ਨਾਮ ਅਸੀਂ ਜਪਨੇ ਵਾਰ-ਵਾਰ ਉਹਨੂੰ ਚੇਤੇ ਕਰਨੇ ਕਿਉਂਕਿ ਉਹ ਖਿਆਲ ਧੁਰ ਅੰਦਰ ਉਤਰ ਜਾਏ ਮੇਰੇ ਗੁਰੂ ਨਾਨਕ ਸਾਹਿਬ ਨੇ ਮੈਂ ਆਪ ਪਾਠ ਕਰੋਗੇ ਗੁਰੂ ਸਾਹਿਬ ਗੁਰਮਤਿ ਨਾਮ ਦੀ ਗੱਲ ਕਰਨਗੇ ਸਾਡੇ ਵਿੱਚ ਗੁਰਮੁਖ ਮੈਂ ਇੱਕ ਬੇਨਤੀ ਕੀਤੀ ਨਾਮ ਦਾ ਦਾਤਾ ਗੁਰੂ ਹੈ ਜਦੋਂ ਪੰਜ ਪਿਆਰੇ ਸਾਹਿਬ ਅੰਮ੍ਰਿਤ ਦੀ ਦਾਤ ਦਿੰਦੇ ਆ ਤੇ ਮੈਂ ਉਸ ਦਿਨ ਮਨਜੀਤ ਸਾਹਿਬ ਵੀ ਕਿਹਾ ਸੀ ਕਿ ਜ਼ਿੰਦਗੀ ਇੱਕ ਸੰਘਰਸ਼ ਹੈ ਉਹਨਾਂ ਬੰਦਿਆਂ ਦੀ ਸੂਚੀ ਮਤ ਤਿਆਰ ਕਰੋ ਜਿਹੜੇ ਇੱਥੇ ਡਿੱਗ ਕੇ ਫੇਲ ਹੋ ਗਏ ਉਹਨਾਂ ਬੰਦਿਆਂ ਦੀ ਲਿਸ਼ਟ ਤਿਆਰ ਕਰਕੇ ਰੋਜ਼ ਚੇਤੇ ਕਰਿਓ ਜਿਹੜੇ ਇਸ ਰੋਹਾਨੀਅਤ ਦੇ ਫੀਲਡ ਵਿੱਚ ਸੰਘਰਸ਼ ਕਰਦੇ ਅੱਗੇ ਪਹੁੰਚ ਗਏ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਖਾਲਸਾ ਜੀ ਮੈਂ ਮਾੜਾ ਹੋ ਸਕਨਾ ਪਰ ਧੰਨ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਉਹ ਰਹਿਮਤ ਭਰਪੂਰ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਸਾਨੂੰ ਨਾਮ ਦੀ ਦਾਤ ਲਈ ਦਿੱਤੀ ਉਹ ਜਿਹੜਾ ਸ਼ਬਦ ਸੀ ਮਹਾਰਾਜ ਨੇ ਕਿਹਾ ਨਾਮ ਦਾ ਦਾਤਾ ਸਤਿਗੁਰੂ ਹੈ ਉਹ ਵੀ ਰਹੇਗਾ ਮੈਂ ਅਰਜ਼ ਕੀਤੀ ਪਹਿਲੀ ਗੱਲ ਤਾਂ ਭਾਈ ਇਸ ਨਾਮ ਸ਼ਕਤੀ ਨੇ ਰਹਿਣੀ ਰਹਿਣਾ ਹੈ ਨਾਮ ਰਹੋ ਦੂਸਰਾ ਬਚਨ ਸਾਧੂ ਰਹੋ ਜਿਨੇ ਨਾਮ ਜਪਿਆ ਉਹ ਜਪਣ ਵਾਲਾ ਸਾਧੂ ਜਨ ਰਿਆ ਉਹਨੇ ਵੀ ਸਦੀਵ ਰਹਿਣਾ ਹੈ ਨਾਮ ਜਪਣ ਵਾਲਾ ਸਾਧੂ ਵੀ ਰਹੇਗਾ ਚਲੋ ਇੱਥੇ ਸਾਧੂ ਵਰਤੋਂ ਸਿੱਖ ਸ਼ਬਦ ਵਰਤੋਂ ਜਿੰਨੇ ਵੀ ਰਹਿਣਗੇ ਉਹ ਵੀ ਨਾਮ ਕਰਕੇ ਇਕੱਲੇ ਨਹੀਂ ਭੇ ਕਰਕੇ ਨਹੀਂ ਕੋਈ ਰਹੇਗਾ ਪਖੰਡੀ ਨਹੀਂ ਕੋਈ ਰਹੇਗਾ ਦੰਬੀ ਨਹੀਂ ਕੋਈ ਰਹੇਗਾ ਲੰਪਟ ਨਹੀਂ ਕੋਈ ਰਹੇਗਾ ਵਿਬਚਾਰੀ ਨਹੀਂ ਕੋਈ ਰਹੇਗਾ ਤੁਹਾਡੇ ਸਾਹਮਣੇ ਸਾਰਿਆਂ ਦੀਆਂ ਆ ਤਸਵੀਰਾਂ ਤੁਸੀਂ ਦੇਖਦੀ ਪਇਓ ਨਾ ਹਾਂ ਜਿਹਦੇ ਅੰਦਰ ਤੁਰ ਨਾਮ ਕੈ ਉਹ ਹੀ ਰਹੇਗਾ ਤੇ ਉਹ ਸਾਧੂ ਰਹੇ ਅੱਜ ਵੀ ਖੰਨ ਪਰ ਪਹਿਲਾਂ ਵੀ ਸੀ ਉਹਨਾਂ ਨੂੰ ਗੁਰਸ਼ੇ ਕਹਿ ਲੋ ਗੁਰਮ ਕਹਿ ਲੋ ਮੈਂ ਕਹਾਗਾ ਗੁਰਮਖੋ ਅਸਲ ਚ ਨਾਮ ਜਪਣ ਕਰਕੇ ਸਾਰੇ ਰਹਿ ਗੁਰੂ ਸਾਹਿਬ ਦਾ ਇੱਕ ਬਚਨ ਤੁਸੀਂ ਪੜ੍ਹ ਲਿਓ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਸੂਚੀ ਮਹਾਰਾਜ ਨੇ ਦਿੱਤੀ ਗੁਰੂ ਅਰਜੁਨ ਦੇਵ ਦਾ ਬਚਨ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਠ ਧਾਮ ਕੋ ਛੀਪਰੋ ਹੋਇਓ ਲਾਖੀਣਾ ਇਹ ਇਹ ਸਾਧੂ ਰਹਿਓ ਹੈ ਕਬੀਰ ਸਾਹਿਬ ਕੱਲ ਭਗਤ ਕਬੀਰ ਸਾਹਿਬ ਦਾ ਜਨਮ ਦਿਹਾੜਾ ਵੀ ਤੇ ਮੈਂ ਇੱਛਾ ਸੀ ਕਿ ਕੱਲ ਨੂੰ ਭਗਤ ਸਾਹਿਬ ਦਾ ਤੇ ਪਰਸੋਂ ਅਸੀਂ ਗੁਰੂ ਅਰਗਵਿੰਦ ਸਾਹਿਬ ਦਾ ਆਗਮਨ ਹੈ ਤੇ ਪਰਸੋਂ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਵਾਲਾ ਦਿਨ ਵੀ ਹੈ ਆਪਾਂ ਜ਼ਰੂਰ ਵਾਚਾਂਗੇ ਕਿਉਂਕਿ ਇਹਨੂੰ ਫਿਰਕਾਪ੍ਰਸਤੀਚ ਨਾ ਲਿਓ ਇਤਿਹਾਸ ਕਦੀ ਝੂਠ ਨਹੀਂ ਬੋਲਦਾ ਇਤਿਹਾਸ ਸੱਚ ਬੋਲਦਾ ਹੈ ਮੱਝ ਚਾਰਕ 17 ਲਿਖੀਆਂ ਸਨ ਕਿ ਜਦੋਂ ਬੰਦਾ ਕਿਸੇ ਮਿਸ਼ਨ ਲਈ ਤੁਰਦਾ ਹੈ ਵਕਤ ਦੇ ਲੋਕ ਉਹਨੂੰ ਬਹੁਤ ਘਟਿਆ ਸ਼ਬਦਾਵਲੀ ਵਰਦੇ ਆ ਜੇ ਸਫਲ ਹੋ ਜਾਏ ਉਹ ਹੀਰੋ ਬਣ ਜਾਂਦਾ ਹੈ ਜੇ ਸਫਲ ਨਾ ਹੋਵੇ ਲੋਕ ਬਹੁਤ ਕੋਈ ਲਿਖ ਦਿੰਦੇ ਆ ਪਰ ਅਸੀਂ ਉਹਨਾਂ ਸ਼ਹੀਦਾਂ ਨੂੰ ਸਾਰਾ ਸਿੱਖ ਜਗਤ ਯਾਦ ਕਰ ਰਿਹਾ ਮੰਜੀ ਸਾਹਿਬ ਯਾਦ ਹੋ ਰਿਹਾ ਮੈਂ ਵੀ ਜਿੰਨੀ ਕੁ ਤਿਲ ਫੁੱਲ ਸੇਵਾ ਕਰ ਸਕਣਾ ਢੜਕਾਟ ਚ ਨਹੀਂ ਜੋ ਸਚਾਈ ਹੈ ਹਜ਼ੂਰ ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਦਾ ਬਚਨ ਮਹਾਰਜ ਕਹਿੰਦੇ ਸਾਧੂ ਰਹਿ ਤੇ ਬਿਆੰਤ ਰਹਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਠ ਧਾਮ ਕੋ ਛੀਪਰੋ ਹੋਇਓ ਲਾਖੀਣਾ ਬੁੰਨਾ ਤੰਨਾ ਤਿਆਗੈ ਪ੍ਰੀਤ ਚਰਨ ਕਬੀਰਾ ਨੀਚ ਕੋਲਾ ਜੋਲਾ ਰਿਓ ਪਇਓ ਗੁਣੀ ਘੀਰਾ ਨਾਮ ਦੇਵ ਰਹਿ ਗਿਆ ਕਬੀਰ ਰਹਿ ਗਿਆ ਰਬਦਾਸ ਟਵੰਤਾ ਟੋਰਨੀ ਤਿੰ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗਰ ਦਰਸ਼ਨ ਪਾਇਆ ਸਾਧੂ ਰਹਿਓ ਸ਼ੈਨਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਮਹਾਰਾਜ ਨੇ ਦੇਖੋ ਸ਼ਬਦ ਕੀ ਵਰਤੇ ਮੈਂ ਹੈਰਾਨ ਸਾਂ ਵੀ ਇਹ ਸ਼ਬਦ ਵਿੱਚ ਇਹ ਮਹਾਰਾਜ ਜੀ ਨੇ ਨਾਮਦੇਵ ਜੀ ਦਾ ਨਾਮ ਵਰਤਿਆ ਗੋਬਿੰਦ 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 ਸਿੰਘ ਨਾਮ ਦਿਓ ਇਹ ਮਨ ਲੈਣਾ ਆੜ ਦਾਮ ਕੋ ਛੀਪਰੋ ਕਿਆ ਅੱਧੀ ਕੌਡੀ ਦਾ ਛਿੰਬਾ ਜੀ ਨੂੰ ਕਹਿੰਦੇ ਸਨ ਫਿਰ ਕਿਹਾ ਨੀਚ ਕੁਲਾ ਜੋਹਲਾਰਾ ਜਿਹਨੂੰ ਨੀਚ ਕੁਲ ਦਾ ਜੁਲਾਹਾ ਕਹਿੰਦੇ ਸਨ ਉਂਝ ਭਗਤ ਨੇ ਨਹੀਂ ਪਰਵਾਹ ਕੀਤੀ ਮੈਂ ਕਾਲ ਅਰਜ਼ ਕਰਾਂਗਾ ਕਬੀਰ ਸਾਹਿਬ ਵਰਗਾ ਸੱਚ ਵਾਹਿਗੁਰੂ ਜੀ ਉੱਥੇ ਬੈਠਾ ਜਿੱਥੇ ਰੱਜ ਕੇ ਲੋਕ ਕਰਮ ਕਾਂਡੀ ਨੇ ਉੱਥੇ ਵੀ ਕਹਿੰਦਾ ਓ ਜਿਸ ਗੰਗਾ ਇਹ ਤੂੰ ਟੁੱਬੀਆਂ ਮਾਰਦੇ ਓ ਇਹਦੇ ਵਿੱਚ ਡੱਡੂ ਵੀ ਰੋਜ਼ ਟੁੱਬੀ ਮਾਰਦਾ ਉਹ ਕਿਹੜਾ ਮੁਕਤ ਹੋ ਗਿਆ ਪਰ ਦੇਖੋ ਇੱਥੇ ਮਹਾਰਾਜ ਜਿਨ ਕਾ ਆੜ ਧਾਮ ਕੋ ਛੇਪਰੋਂ ਨੀਚ ਕੋ ਲੋ ਜੋਲਹਾਰਾ ਸ਼ਬਦ ਵਰਤੇ ਰਵਿਦਾਸ ਤੁਮੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪਰਗਟ ਹੋਵਾ ਸਾਧ ਸੰਗਤ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆਂ ਏ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰह्म ਭਗਤਾ ਮੈਂ ਗਣਿਆ ਇਹਨੂੰ ਪੰਜਾਬ ਦੀ ਸੈਕੀ ਸਮਝੋ ਜਿਹੜਾ ਚੱਲਦਾ ਨਾ ਵੀ ਜੱਟ ਆ ਤੇ ਜੱਟ ਆ ਜਿੱਥੇ ਇਸ ਤਰ੍ਹਾਂ ਜੋਕ ਦੀs ਅੱਜ ਕਾ ਸੋਨੇ ਪੈ ਜਿਹੜਾ ਵਰਤਾਰਾ ਚਾਰ ਚੁਫੇਰੇ ਤੇ ਕਈ ਦਹਾਕਿਆਂ ਦਾ ਚੱਲਦਾ ਪਿਆ ਤੇ ਅਸੀਂ ਖੁਸ਼ ਬੜੇ ਹੁੰਨੇ ਆ ਤੇਰੇ ਹੱਥ 'ਚ ਬੋਤਲ ਤੇਰੇ ਹੱਥ 'ਚ ਗੰਡਾ ਸੈਤੂ ਬੰਦੂਕ ਪਕੜੀ ਤੇ ਇਹਨੇ ਬੰਦੇ ਮਾਰ ਦਿੱਤੇ ਹੋਏ ਮੇਰੇ ਮਨ ਚਾਉਂਦਾ ਉਹ ਵੇਖੋ ਇੰਨੇ ਪੜੇ ਲਿਖੇ ਸਭਿਆਚਾਰ ਨਾਲ ਜੁੜੇ ਮੇਰੇ ਵੀਰੋ ਤੁਹਾਨੂੰ ਹੱਥ 'ਚ ਬੇਨਤੀ ਐ ਐਦੂ ਵੱਡੇ ਭੜੇ ਕਰਮ ਕਿਹੜੇ ਨੇ ਜਿਹੜੇ ਅਸੀਂ ਨਿਆਣਿਆਂ ਨੂੰ ਪਰੋਸ ਕੇ ਦੇਣੇ ਪੈ ਮੈਂ ਵੱਡ ਦੇਾਂਗਾ ਮੈਂ ਮਾਰ ਦੇਾਂਗਾ ਮੈਂ ਸ਼ਰਾਬ ਪੀ ਉਹ ਯਾਰੋ ਇਹ ਕੋਈ ਇਹ ਕੋਈ ਤਰੀਕਾ ਮੈਂ ਯਾਰੋ ਸ਼ਬਦ ਵਰਤੇ ਇਹ ਹੀ ਇਹ ਨਾਲ ਇਹ ਵੀ ਮੈਂ ਬੇਨਤੀ ਕਰਾਂਗਾ ਕਿ ਇਹਦੇ ਇੱਥੇ ਗੁਰੂ ਨੇ ਕਿਹਾ ਮਤ ਭੁੱਲੀ ਇੱਕ ਨੂੰ ਛਿੰਬਾ ਕਹਿ ਇੱਕ ਨੂੰ ਚਮਾਰ ਕਹਿ ਇੱਕ ਨਾਈ ਸੀ ਇੱਕ ਜੁਲਾਹ ਹੈ ਪਰ ਮੈਂ ਨਹੀਂ ਕਹਿ ਰਿਹਾ ਗੁਰੂ ਜੀ ਨੇ ਬਾਣੀ ਚ ਕਿਹਾ ਗੁਰੂ ਨੇ ਕਿਹਾ ਜਦੋਂ ਇਹਨਾਂ ਜਾਤ ਵਾਲੇ ਲੋਕਾਂ ਨੂੰ ਸੌ ਕਾਲ ਉੱਚੀ ਜਾਤ ਵਾਲੇ ਨੀਵਾ ਕਹਿੰਦੇ ਸਨ ਭਗਤੀ ਕੀਤੀ ਫਿਰ ਇੱਕ ਜੱਟ ਉੱਠਿਆ ਉਹਨੇ ਕਿਹਾ ਉਹ ਲੋਕੋ ਜੇ ਚੰਮ ਦਾ ਕੰਮ ਕਰਨ ਵਾਲਾ ਜੇ ਕੱਪੜੇ ਬੁੰਨ ਵਾਲਾ ਜੇ ਕੱਪੜੇ ਰੰਗਣ ਵਾਲਾ ਜੇ ਘਰ ਘਰ ਵਿੱਚ ਦੇਗਾਂ ਪਕਾਣ ਵਾਲਾ ਮਰਨੇ ਪਰਨੇ ਤੇ ਲੋਕਾਂ ਦੇ ਸਨੇਹ ਦੇਣ ਵਾਲਾ ਸਹਿਨ ਭਗਤ ਬਣ ਸਕਦਾ ਇਹ ਵੀ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਾਖ ਗੁਸਾਈਆਂ ਧੰਨਾ ਵਡਪਾਕਾ ਉਹ ਸਾਧੂ ਰਹਿ ਸਿੱਖ ਜਗਤ ਵਿੱਚ ਵੀ ਮੈਂ ਬੇਨਤੀ ਕਰਾਂਗਾ ਬੰਦਗੀ ਵਾਲੇ अनेका ਨੇ अनेका ਸ਼ਬਦ ਵਰਤਨੇ ਆਗਾ ਵੀ ਰਹਿਣਗੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਟਲ ਹੈ ਸ਼ਬਦ ਨੂੰ ਕਮਾਣ ਵਾਲਾ ਵੀ ਰਹੇਗਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਨੇ ਨਾਮ ਰਹੇਗਾ ਸਾਧੂ ਰਹੇਗਾ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਉਥੇ ਵੀ ਇੱਕ ਸਵਾਲ ਸੀ ਮਹਾਰਾਜ ਨਾਮ ਦੀ ਤਾਕਤ ਕੀ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਜੀਵਨ ਚ ਸਤਗੁਰੂ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਤੁਸੀਂ ਇੱਕ ਬਚਨ ਪੜ੍ਹਦੇ ਹੋ ਗੰਗੁ ਗੁਸ਼ਾਇਣ ਗੈਰ ਗੰਭੀਰ ਜੰਜੀਰ ਬੰਨ੍ਹ ਕਰ ਖਰੇ ਕਬੀਰ ਜਿਸ ਬਾਦਸ਼ਾਹ ਨੇ ਜੰਜੀਰਾ ਨਾਲ ਕਬੀਰ ਨੂੰ ਬੰਨਿਆ ਉਹਦਾ ਨਾਮ ਕੀ ਸੀ ਚੁੱਪ ਮਹਾਰਾਜ ਕਹਿੰਦੇ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਪੂਜਾ ਬਾਂਧ ਪਿਲਾਕਰ ਡਾਰਿਓ ਹਸਤੀ ਕਰੋ ਮੂੰਡ ਮੈਂ ਮਾਰਿਓ ਜਿਸ ਕਾਜੀ ਨੇ ਖਾਤੀ ਦੇ ਥੱਲੇ ਬਾਦਸ਼ਾਹ ਦੇ ਕਹਿਣ ਤੇ ਫਤਵਾ ਦੇ ਕੇ ਕਬੀਰ ਨੂੰ ਕੁਚਣ ਲੱਗੇ ਕੱਲ ਮਰਜ਼ ਕਰਾਂਗਾ ਉਸ ਕਾਜੀ ਦਾ ਨਾਮ ਕੀ ਕਹਿੰ ਲੱਗੇ ਮਹਾਰਾਜ ਪਤਾ ਨਹੀਂ ਸਤਗੁਰੂ ਕਹਿੰਦੇ ਨੇ ਕਬੀਰ ਨੂੰ ਜਾਣਦੇ ਹੋ ਕਹਿੰਦੇ ਮਹਾਰਾਜ ਜੀ ਕਬੀਰ ਨੂੰ ਤਾਂ ਰੋਹਾਨੀਅਤ ਤੇ ਚੱਲਣ ਵਾਲਾ ਬੱਚਾ ਬੱਚਾ ਜਾਂਦਾ ਹੈ ਮਹਾਰਾਜ ਕਹਿੰਦੇ ਬਸ ਆਈ ਨਾਮ ਦੀ ਕਿਰਪਾ ਜੇ ਤਾਕਤਾਂ ਵਾਲੇ ਬਾਦਸ਼ਾਹਾਂ ਦੇ ਨਾਮ ਵੀ ਲੋਕਾਂ ਨੂੰ ਭੁੱਲ ਗਏ ਤੇ ਨਾਮ ਦੀ ਕਿਰਪਾ ਨਾਲ ਸਾਧੂ ਕਬੀਰ ਦਾ ਨਾਮ ਕਾਇਮ ਰਹਿ ਗਿਆ ਨਾਮ ਰਹੋ ਸਾਧੂ ਰਹੋ ਤੇ ਤੀਸਰਾ ਵਚਨ ਕੀਤਾ ਰਹੋ ਗੁਰੂ ਗੋਬਿੰਦ ਗੁਰ ਪਰਮੇਸ਼ਰ ਗੁਰੂ ਸਦਾ ਰਹੇਗਾ ਮਹਾਰਾਜ ਨੇ ਕਿਹਾ ਕਿ ਗੁਰ ਪਰਮੇਸ਼ਰ ਏਕੋ ਜਾਨ ਹਜ਼ੂਰ ਨੇ ਫਿਰ ਫਰਮਾਇਆ ਮੈਂ ਬੇਨਤੀ ਕਰਾਂ ਹਜ਼ੂਰ ਕਹਿੰਦੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖੇ ਸਾਹਮਣੇ ਰਹਾ ਸਮਾਇ ਗੁਰੂ ਰਾਮਦਾਸ ਚਲਾਣਾ ਕਰ ਗਏ ਪ੍ਰਥੀਏ ਰੌਲਾ ਪਾਇਆ ਮੌਤ ਗਈ ਗੁਰੂ ਸਾਹਿਬ ਮਾਰ ਦਿੱਤੇ ਮੌਤ ਸ਼ਬਦ ਵਰਤਿਆ ਤੇ ਭਟਾ ਨੇ ਕਿਹਾ ਹਰਬੰਸ ਜਗਤ ਦਾ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰੂ ਮੋਇਓ ਗੁਰੂ ਸਦਾ ਰਿੰਦਾ ਹੈ ਮੈਂ ਫਿਰ ਬੇਨਤੀ ਕਰਾਂ ਨਾਮ ਰਹੇਗਾ ਬੰਦਗੀ ਵਾਲਾ ਸਾਧੂ ਰਹੇਗਾ ਗੁਰ ਪਰਮੇਸ਼ਰ ਗੁਰੂ ਗੋਬਿੰਦ ਗੁਰੂ ਪ੍ਰਮਾਤਮਾ ਵਿਤਪੇਦ ਮੈਂ ਇਸ ਸ਼ਲੋਕ ਨੂੰ ਕੱਲ ਨੂੰ ਫਿਰ ਅੱਗੇ ਥੋੜੀ ਜਿਹੀ ਬੇਨਤੀ ਕਰਾਂਗਾ ਇਹਦੇ ਸਬੰਧੀ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਤੇ ਮਹਾਰਾਜ ਕਹਿੰਦਿਆ ਕਹੋ ਨਾਨਕ ਇਹ ਜਗਤ ਮੈਂ ਇਸ ਜਗਤ ਵਿੱਚ ਇਸ ਸੰਸਾਰ ਵਿੱਚ ਕਿਨ ਜਪਿਓ ਗੁਰਮੰਤ ਜਿਸ ਕਿਸੇ ਨੇ ਵੀ ਗੁਰੂ ਦਾ ਮੰਤਰ ਜਪਿਆ ਜਿਸ ਕਿਸੇ ਨੇ ਵੀ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਆਪਣੀ ਖਿਰਦੇ ਚ ਵਸਾਇਆ ਜਿਨੇ ਜਪਿਆ ਮਹਾਰਾਜ ਕਹਿੰਦੇ ਨੇ ਉਹਦਾ ਪਾਰ ਉਤਾਰਾ ਵੇਗਾ ਸਤਗੁਰੂ ਨਾਸ਼ਵਾਨਤਾ ਦੀ ਬਾਤ ਕਰਦੇ ਕਰਦੇ ਫਿਰ ਅਖੀਰ ਤੇ ਇੱਥੇ ਆ ਗਏ ਕਿ ਨਾਮ ਰਹੇਗਾ ਜਪਣ ਵਾਲਾ ਸਾਧੂ ਰਹੇਗਾ ਸਮਰੱਤ ਗੁਰੂ ਰਹੇਗਾ ਤੇ ਨਾਲ ਫਿਰ ਇੱਕ ਸ਼ਰਤ ਲਾ ਦਿੱਤੀ ਕਹੋ ਨਾਨਕ ਇਹ ਜਗਤ ਮੈਂ ਜਿਉਂ ਮੈਂ ਵੀ ਕਹਿ ਦਿਆਂ ਸਾਧੂ ਰਹੇਗਾ ਨਾਮ ਰਹੇਗਾ ਠੀਕ ਕਥਾ ਕਰਦੀ ਪਰ ਮੈਂ ਜਪਾਂਗਾ ਤੇ ਇਹ ਅਗਲੀ ਤੁੱਕ ਅਮਲ ਕਰਨ ਵਾਸਤੇ ਵੇ ਕਹੋ ਨਾਨਕ ਇਹ ਜਗਤ ਮੈਂ ਇਸ ਜਗਤ ਵਿੱਚ ਕਿਨ ਜਪਿਓ ਇਹ ਵੀ ਸ਼ਰਤ ਢਾਹ ਦਿੱਤੀ ਕੋਈ ਜਾਤ ਪਾਤ ਨਹੀਂ ਕਿਨ ਜਪਿਓ ਗੁਰਮੰਤ ਜਿਸ ਕਿਸੇ ਨੇ ਵੀ ਗੁਰੂ ਕਾ ਮੰਤਰ ਚੇਤੇ ਕੀਤਾ ਪਿਆਰੋ ਸੱਚ ਏਵੇਂ ਕਿ ਉਸ ਦਾ ਪਾਰ ਉਤਾਰਾ ਹੋਇਆ ਫਿਰ ਅੱਗੇ ਸਤਗੁਰੂ ਕਹਿਣਗੇ ਕਿਉਂਕਿ ਵਿਚਾਰ ਕੱਲ ਵੀ ਕਰਨੀ ਖੈ ਜਿਸ ਦੇ ਅੰਦਰੋ ਨਾਮ ਚਲਾ ਜਾਏ ਸਿਮਰਨ ਚਲਾ ਜਾਏ ਜਿਹੜਾ ਜਪਨ ਨਾਲ ਅੰਦਰ ਜਾਂਦਾ ਓਥੇ ਫਿਰ ਮਹਾਰਾਜ ਕਹਿੰਦੇ RAM ਨਾਮ ਉਰਮੈ ਗਹਿਓ ਮੈਂ ਸਿਰਫ ਇਸ਼ਾਰਾ ਕੱਲ ਚੱਲੇਆ ਕਿਉਂਕਿ ਇਹ ਲੜੀ ਕੱਲ ਨੂੰ ਅੱਗੇ ਤੋਰਾਂਗਾ ਰਾਮ ਨਾਮ ਉਰ ਮੇ ਗਹਿਓ ਆਪਣੀ ਖਿਰਦੇ ਚ ਉਸ ਨਾਮ ਨੂੰ ਚੰਗੀ ਤਰ੍ਹਾਂ ਪਕੜ ਲਿਆ ਤੇ ਜਿਸ ਨਾਮ ਦੇ ਤੁਲ ਕੋਈ ਵੀ ਚੀਜ਼ ਨਹੀਂ ਕੋਈ ਤੁਲ ਨਹੀਂ ਰਾਮ ਨਾਮ ਉਰ ਮੇ ਗਹਿਓ ਜਾਂ ਕੈ ਸਾਹਮਣੀ ਕੋਏ ਤੇ ਇਹਦਾ ਫਲ ਪਤਾ ਕੀ ਮਿਲਣਾ ਜੇ ਸਿਮਰਤ ਸੰਕਟ ਮਿਟੇ ਜਿਹਦਾ ਸਿਮਰਨ ਕੀਤਿਆ ਜਿਸ ਨਾਮ ਨੂੰ ਜਪਿਆ ਹਰ ਮੁਸੀਬਤ ਹਰ ਢੀੜਾ ਹਰ ਵਿਪਤਾ ਉਹ ਮਿਟ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਦਰਸ਼ ਤੁਹਾਰੂ ਹੋਏ ਪਾਰ ਬ੍ਰਹਮ ਪਰਮੇਸ਼ਵਰ ਜੀ ਜਿਹੜਾ ਨਾਮ ਜਪਣ ਦੇ ਨਾਲ ਤੇਰੇ ਦਰਸ਼ਨਾ ਦੀ ਦਾਤ ਮਿਲਦੀ ਹੈ ਉਹ ਨਾਮ ਸਦੀਵ ਰਹਿਣ ਵਾਲਾ ਹੈ ਮੈਂ ਸਿਰਫ ਅੱਜ ਸੰਖੇਪ ਜੀ ਨਾਮ ਤੇ ਜ਼ਿਆਦਾ ਟਾਈਮ ਲਾਇਆ ਸ਼ਾਦੂ ਰਹੋ ਤੇ ਨਹੀਂ ਗੁਰਗੋਬਿੰਦ ਰਹੋ ਨਹੀਂ ਇਸੇ ਸਬਜੈਕਟ ਨੂੰ ਦੋਨਾਂ ਅਗਲੇ ਸ਼ਲੋਕ ਨਾਲ ਕੱਲ ਨੂੰ ਆਪਾਂ ਜੋੜ ਕੇ ਅਰਥ ਕਰਾਂਗੇ ਮੇਰੇ ਤੋਂ ਬੋਲਦਿਆਂ ਕੋਈ ਲਫ਼ਜ਼ ਮੈਂ ਸਤਗੁਰੂ ਦੀ ਹਜ਼ੂਰੀ ਚ ਬੇਨਤੀ ਕਰ ਰਿਹਾ ਮੈਂ ਯਤਨ ਕਰਨਾ ਮਨੁੱਖੀ ਮਨਕਾ ਕਿਸੇ ਨੂੰ ਕੋਈ ਗੱਲ ਲਾ ਕੇ ਨਹੀ ਦੁਬ ਦਦ ਦਵੈਸ਼ ਚ ਨਹੀ ਤੇ ਆਪ ਅਸੀਸ ਬਖਸ਼ੋ ਜਿੰਨੀ ਕੋ ਆਪ ਜੀ ਦੀ ਸੇਵਾ ਮੈਂ ਕਰ ਸਕਿਆ ਕਰਾਂਗਾ ਤੁਸੀਂ ਇਹਨੂੰ ਸਵੀਕਾਰ ਕਰਕੇ ਅਸੀਸ ਦਿਓ ਜੇ ਕਿ ਜੋ ਕੁਝ ਮੈਂ ਬੋਲ ਰਿਹਾ ਇਹ ਅਸੀਸ ਦਿਓ ਕਿਨ ਕਾ ਮਾਤਰ ਮੇਰੀ ਜ਼ਿੰਦਗੀ ਚ ਪ੍ਰੈਕਟੀਕਲ ਵਾਪਰ ਜਾਏ ਇਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ